ਇਹਨਾਂ ਦੀ ਮਦਦ ਦੇ ਨਾਲ ਭਗਤੀ ਦੇ ਮਾਰਗ ਵਿੱਚ ਕਾਮਯਾਬ ਹੋਈ। ਲੜੀਵਾਰ ਇਤਿਹਾਸ ਦੀ ਕਥਾ ਆਪ ਜੀ ਸੁਣਦੇ ਹੋ, ਇਹਦੇ ਵਿੱਚ ਇਤਨੀ ਕੁ ਵਿਚਾਰ ਜ਼ਰੂਰ ਹੈ ਕਿ ਕਥਾ ਤਾਂ ਆਪ ਵਿਆਖਿਆ ਹੋ ਗਈ, ਜੋ ਇਤਿਹਾਸ ਹੈ, ਇਤਿਹਾਸ ਦੀ ਜੋ ਪਰਿਭਾਸ਼ਾ ਹੈ, ਤਿੰਨ ਪਦ ਇਕੱਠੇ ਕਰਕੇ ਇਤਿਹਾਸ ਸ਼ਬਦ ਬਣਦਾ ਹੈ। ਇਤਿਹਾਸ ਸ਼ਬਦ ਪ੍ਰਾਚੀਨ ਸਮੇਂ ਵਿੱਚ ਜਿਸਨੇ ਉਹਨਾਂ ਘਟਨਾਵਾਂ ਨੂੰ ਜੋੜ ਕਰਕੇ ਇੱਕ ਪੂਰੀ ਲੰਮੀ ਵਿਆਖਿਆ ਕਥਨ ਕਰਨ ਨੂੰ ਇਤਿਹਾਸ ਕਿਹਾ ਹੈ, ਇਸ ਨਾਮ ਦੇ ਰੱਖਣ ਵਾਲਾ ਕੋਈ ਬਹੁਤ ਹੀ ਮਹਾਨ ਵਿਦਵਾਨ ਤੇ ਜਿਨ੍ਹਾਂ ਨੇ ਇੱਕ ਇੱਕ ਪਦ ਦੇ ਅੰਦਰ ਬਹੁਤ ਗੂੜ ਗਿਆਨ ਰੱਖ ਕੇ ਪਦ ਹੋ ਜੋੜਿਆ। ਇਤਿਹਾਸ ਕਿਉਂਕਿ ਇਹ ਜ਼ਰੂਰੀ ਇਸ ਵਾਸਤੇ ਹੈ, ਕੋਈ ਵੀ ਕਿਸੇ ਸਰੋਤੇ ਨੂੰ ਪੁੱਛ ਲਵੇ ਭਾਈ ਤੂੰ ਇਤਿਹਾਸ ਦੀ ਕਥਾ ਸੁਣਨ ਵਾਸਤੇ ਜਾਂਦਾ, ਇਤਿਹਾਸ ਦੀ ਕਥਾ ਸੁਣਦਾ, ਇਤਿਹਾਸ ਦੀ ਪਰਿਭਾਸ਼ਾ ਕੀ ਹੈ? ਕਥਾ ਦਾ ਵਿਆਖਿਆ ਹੋ ਗਈ। ਇਹ ਪਦ ਭਾਵੇਂ ਕੋਈ ਬਹੁਤ ਜ਼ਿਆਦਾ ਵੱਡਾ ਨਹੀਂ ਹੈ, ਬੜੇ ਬੜੇ ਵਿਦਵਾਨ ਗਿਆਨੀ ਸਿੰਘ ਸਾਹਿਬਾਨ ਪ੍ਰਚਾਰ ਢਾਡੀ ਸਿੰਘ ਸਾਹਿਬਾਨ ਤੁਹਾਡੇ ਵੀ ਵਿਰਾਜਮਾਨ ਸਾਰੀ ਜ਼ਿੰਦਗੀ ਜਿਹਨਾਂ ਨੇ ਕੌਮ ਦਾ ਪ੍ਰਚਾਰ ਕੀਤਾ, ਮਹਾਂਪੁਰਖਾਂ ਨੂੰ ਇੱਕ ਹੀ ਬੜਾ ਗੁਣ ਸੀ ਮਹਾਂਪੁਰਖਾਂ ਦੇ ਵਿੱਚ ਵੀ ਜਿਹੜਾ ਵੀ ਗ੍ਰੰਥ ਪੜ੍ਹਾਉਣਾ ਹੈ ਪਹਿਲਾਂ ਉਸ ਗ੍ਰੰਥ ਦੀ ਪੂਰੀ ਪਰਿਭਾਸ਼ਾ ਦੱਸਣੀ। ਜੇ ਅਧਿਆਤਮ ਪ੍ਰਕਾਸ਼ ਹੈ ਤਾਂ ਅਧਿਆਤਮ ਪ੍ਰਕਾਸ਼ ਦੀ ਦੱਸਣੀ, ਵਿਚਾਰਮਾਲਾ ਹੈ ਵਿਚਾਰਮਾਲਾ ਦੇ ਸਾਰ ਕਿਤਾਬੀ ਜਾਂ ਸਾਰ ਕਿਤਾਬੀ ਦੀ ਪਹਿਲਾਂ ਉਹਦੇ ਹੱਥ ਦੱਸਣੀ। ਇਸ ਤਰ੍ਹਾਂ ਕੋਈ ਵੀ ਸ਼ਬਦ ਹੈ ਉਹਦੇ ਅਰਥ ਸਾਡੇ ਲਈ ਬਹੁਤ ਜ਼ਰੂਰੀ। ਤੌਣੇ ਇਸਦਾ ਤਿੰਨ ਪਦ ਮੇਲ ਕੇ ਇਤਿਹਾਸ ਸ਼ਬਦ ਬਣਦਾ ਹੈ ਤੇ ਉਹਦੇ ਵਿੱਚ ਪਹਿਲਾ ਸ਼ਬਦ ਜਿਹੜਾ ਜੁੜਿਆ ਉਹ ਹੈ ਇਤੀ। ਇਤੀ ਨਾਮ ਸਮਾਪਤੀ ਦਾ ਹੁੰਦਾ, ਸੰਸਕ੍ਰਿਤ ਦਾ ਸ਼ਬਦ ਹੈ, ਬੜੀ ਸਿੱਧੀ ਗੱਲ ਹੈ। ਇਤੀ ਦਾ ਅਰਥ ਹੈ ਸਮਾਪਤੀ ਤੇ ਹਾ ਸ਼ਬਦ ਹੈ ਜਿਹੜਾ ਇਹ ਫੇਰ ਸੰਸਕ੍ਰਿਤ ਦੇ ਹੈ। ਹਾ ਦਾ ਅਰਥ ਹੈ ਪ੍ਰਗਟ, ਇਤੀ ਜਮਾਂ ਹਾ ਤੇ ਪਿੱਛੇ ਵਿਆਕਰਨ ਦੀ ਰੀਤ ਅਨੁਸਾਰ ਕੰਨੇ ਦੇ ਵਿੱਚੋਂ ਐੜਾ ਨਿਕਲ ਕੇ ਆਸ ਸ਼ਬਦ ਬਣ ਜਾਂਦਾ ਤੇ ਇਹ ਵੈਦਿਕ ਦੇ ਅਨੁਸਾਰ ਅਰਥ ਹੋਏਗਾ ਇਹਦਾ। ਆਸ ਦਾ ਮਤਲਬ ਹੈ ਕਿ ਜਿਵੇਂ ਜੌ ਹਨ ਵੈਦਿਕ ਦੇ ਵਿੱਚ ਇਹਨਾਂ ਨੂੰ ਉਬਾਲ ਉਬਾਲ ਕੇ ਇਹਨਾਂ ਦਾ ਸਦ ਕੱਢਿਆ ਜਾਂਦਾ, ਜਦੋਂ ਉਹਨਾਂ ਦਾ ਸਦ ਕੱਢ ਲਿਆ ਜਾਏ ਉਹਨੂੰ ਕਹਿੰਦੇ ਆਸੇ ਜੌ। ਜੌ ਤਾਂ ਉਹੀ ਪਰ ਉਹਨਾਂ ਦਾ ਸਦ ਕੱਢਿਆ ਹੋਇਆ ਤੇ ਹੁਣ ਇਹਨਾਂ ਪਦਾਂ ਦੇ ਅਰਥ ਤਾਂ ਹੋ ਗਏ ਪਰ ਇਹਨਾਂ ਦੀ ਲੜੀ ਕਿਸ ਤਰ੍ਹਾਂ ਜੁੜਦੀ ਹੈ? ਲੜੀ ਇਸ ਪ੍ਰਕਾਰ ਜੁੜੇਗੀ ਵੀ ਕੋਈ ਵੀ ਕਿਸੇ ਸਤਪੁਰਸ਼ ਕਿਸੇ ਮਹਾਨ ਸੂਰਬੀਰ ਯੋਧੇ ਜਾਂ ਦਾਨੀ ਇਹ ਯੁੱਗ ਪੁਰਸ਼ਾਂ ਨੇ ਉਹਨਾਂ ਦੇ ਨਾਲ ਜਿਹੜੀਆਂ ਘਟਨਾਵਾਂ ਘਟੀਆਂ ਜੀਵਨ ਕਾਲ ਵਿੱਚ ਉਹ ਘਟਨਾ ਘਟੀ ਤੇ ਘਟਨਾ ਘਟ ਕੇ ਉਹਦੀ ਇਤੀ ਹੋ ਗਈ। ਇਸ ਤਰ੍ਹਾਂ ਸਮਝ ਜੁੜਨਾ ਇਹ ਸਾਰਾ, ਉਹਦੀ ਇਤੀ ਹੋ ਗਈ ਤੇ ਫਿਰ ਕੋਈ ਵਿਦਵਾਨ ਉਹਦੀਆਂ ਸਾਰੀਆਂ ਘਟਨਾਵਾਂ ਦਾ ਸੰਗ੍ਰਹਿ ਕਰਨ ਵਾਸਤੇ ਕਲਮ ਚੁੱਕੀ ਤੇ ਆਉਣ ਵਾਲੇ ਸਮੇਂ ਦੇ ਜੇ ਇਸ ਮਹਾਂਪੁਰਸ਼ ਦੇ ਜੀਵਨ ਤੋਂ ਕੋਈ ਲਾਭ ਉਠਾਏਗਾ ਤੇ ਫਿਰ ਉਸਨੇ ਜਿਵੇਂ ਆਸੇ ਜੌ ਜੌ ਦਾ ਸਦ ਕੱਢਿਆ ਜਾਂਦਾ ਹੈ, ਉਸਨੇ ਪੂਰੀ ਛਾਣਬੀਣ ਕਰਕੇ ਤੱਥਾਂ ਦੇ ਆਧਾਰ ਤੇ ਪੂਰਾ ਨਿਚੋੜ ਕੱਢ ਕੇ ਫਿਰ ਉਹਨੇ ਆਪਣੇ ਅੱਖਰਾਂ ਦੇ ਅੰਦਰ ਹਾ ਵੀ ਪ੍ਰਗਟ ਕਰ ਦਿੱਤਾ ਹੋਵੇ
ਇਹਨੂੰ ਕਹਿੰਦੇ ਇਤਿਹਾਸ। ਇਤਿਹਾਸ ਦੀ ਪਰਿਭਾਸ਼ਾ ਇਹ ਬਣਦੀ ਹੈ। ਸੋ ਆਪ ਜੀ ਇਤਿਹਾਸ ਦੀ ਕਥਾ ਸਰਵਣ ਕਰ ਰਹੇ, ਜਿੱਥੇ ਇਕੱਲੇ ਕਥਾ ਸ਼ਬਦ ਦੇ ਪਦ ਦਾ ਅਰਥ ਹੈ ਉਹ ਸਾਸੀ ਪੰਜਾਬੀ ਵਰਨਮਾਲਾ ਦਾ ਗੁਰਮੁਖੀ ਲਿਪੀ ਦਾ ਛੇਵਾਂ ਅੱਖਰ ਹੈ ਕੱਕਾ, ਬਾਈਵਾਂ ਅੱਖਰ ਹੈ ਥੱਥਾ। ਇਹ ਦੋ ਅੱਖਰ ਜੋੜ ਕੇ ਕਥਾ ਸ਼ਬਦ ਬਣਿਆ ਹੈ। ਕਾ ਦਾ ਅਰਥ ਜਿਹੜਾ ਇਹ ਅਲੱਗ ਹੈ, ਥਾ ਦਾ ਅਰਥ ਅਲੱਗ ਹੈ, ਦੋਨੇ ਜੁੜਦੇ। ਕਾ ਦਾ ਅਰਥ ਕੋਸ਼ਕਰਤਾ ਨੇ ਦੋ ਕੀਤੇ, ਕਾ ਦਾ ਅਰਥ ਦੋ ਨਾ ਸਮਝਦੇ, ਜਿਹੜੀ ਦੋ ਅਰਥ ਨੇ। ਇੱਕ ਤਾਂ ਕਾ ਦਾ ਅਰਥ ਹੈ ਪ੍ਰਕਾਸ਼, ਚਾਨਣਾ, ਰੋਸ਼ਨੀ, ਲੈਟ। ਥਾਂ ਦਾ ਅਰਥ ਕੇਵਲ ਉਹੀ ਰਹੇਗਾ ਟਿਕਾਣਾ, ਜਿਸ ਟਿਕਾਣੇ ਰੋਸ਼ਨੀ, ਲੈਟ, ਕਿਸ ਦੀ ਲੈਟ, ਜਿਸ ਥਾਂ ਤੇ ਗਿਆਨ ਦੀ ਰੋਸ਼ਨੀ ਹੈ, ਸ਼ਬਦ ਦੁਆਰਾ ਗਿਆਨ ਦਾ ਪ੍ਰਕਾਸ਼ ਹੋ ਰਿਹਾ ਹੈ। ਕਾ ਜਮਾ ਥਾ ਉਹ ਕਥਾ ਉਹ ਕਥਾ ਕਹਿੰਦੇ। ਤੇ ਕਾ ਦਾ ਦੂਸਰਾ ਅਰਥ ਕੋਸ਼ਕਰਤਾ ਨੇ ਕੀਤਾ ਹੈ ਸ਼ਬਦ ਦੀ ਧੁਨ। ਇਹਦੇ ਨਾਲ ਹੀ ਮਿਲਦੀ ਗੱਲ ਵੀ ਉਸ ਸ਼ਬਦ ਦੀ ਧੁਨ ਜਿਹਦੇ ਵਿੱਚ ਗਿਆਨ ਪਵੇ, ਜਿਹਦੇ ਵਿੱਚ ਭਗਤੀ ਹੋਵੇ, ਜਿਹਦੇ ਵਿੱਚ ਇਹਨਾਂ ਦੋਨਾਂ ਦਾ ਸਮਿਲਤ ਇੱਕ ਚਾਨਣਾ ਹੋਵੇ ਗੁਰਮਤਿ ਦਾ, ਉਹਨੂੰ ਕਹਿੰਦੇ ਨੇ। ਹੁਣ ਇਹ ਇੱਥੇ ਤੱਕ ਅਰਥ ਬਣੇ ਵੀ ਇਤਿਹਾਸ ਦੀ ਕਥਾ, ਜੋ ਹੁਣ ਅੱਗੇ ਵਿਚਾਰ ਆ ਰਹੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜੇਸ਼ਤ ਅਸਥਾਨ ਸੰਤਾਨ ਬਾਬਾ ਗੁਰਦਿੱਤਾ ਵੱਡੇ ਸਾਹਿਬਜ਼ਾਦੇ ਦਾ ਜਨਮ ਉਤਸਵ ਭਾਈ ਕੀ ਡਰੋਬੀ ਹੋਇਆ। ਇੱਥੇ ਮਹਾਰਾਜ ਸਾਹਿਬ ਜਦੋਂ ਠਹਿਰੇ ਹੋਏ ਸਨ, ਪਿੱਛੋਂ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤਾਂ ਦੀ ਬੇਨਤੀ ਵਿੱਚ, ਗਰੀਬ ਨਵਾਜ, ਚਿਰ ਹੋ ਗਿਆ ਆਪ ਜੀ ਨੂੰ ਗਿਆ ਨੂੰ, ਸੰਗਤਾਂ ਬੜੀਆਂ ਵਿਵਹ ਆਪ ਜੀ ਦੇ ਦੀਦਾਰ ਕਰਨ ਵਾਸਤੇ, ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਨੂੰ, ਤੁਸੀਂ ਇਹਨਾਂ ਨੂੰ ਸ਼ਬਦ ਦੇ ਪਰਚੇ ਨਾਲ ਪਹੁੰਚਾਓ, ਤੁਸੀਂ ਕੀਰਤਨ ਕਰੋ, ਸੰਗਤਾਂ ਨੂੰ ਕੀਰਤਨ ਸੁਣਾਇਆ। ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਕੀਰਤਨ ਸਿੱਖਿਆ ਨਹੀਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਮੈਨੂੰ ਸਿਖਾਉਣ ਵਾਲੇ, ਮੈਨੂੰ ਸਿੱਖਿਆ ਦੇਣ ਵਾਲੇ, ਇੰਨੀ ਨਿਮਰਤਾ ਤੁਹਾਡੇ ਕਹਿਣ ਲੱਗੇ, ਤੁਸੀਂ ਰਾਗ ਦੇ ਵਿੱਚ ਨਹੀਂ ਕੀਰਤਨ ਜਾਣਦੇ, ਤੇ ਰਾਗ ਦਾ ਤਾਂ ਪ੍ਰੇਮ ਹੀ ਹੁੰਦਾ ਬਾਬਾ ਜੀ, ਤੁਸੀਂ ਪ੍ਰੇਮ ਦੇ ਸਿੱਧੇ ਢੰਗ ਦੇ ਨਾਲ ਹੀ ਕੀਰਤਨ ਕਰੋ, ਪਰ ਸ਼ਬਦ ਜੋਗੀ ਕਰੋ। ਸਿੱਖ ਜਗਤ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਕਹਿਣ ਤੋਂ ਪਹਿਲੀ ਵਾਰ ਇਹ ਹੋਇਆ ਕਿ ਸੰਗੀਤ ਤੋਂ ਉੱਪਰ ਉੱਠ ਕੇ, ਰਾਗ ਵਿਦਿਆ ਤੋਂ ਉੱਪਰ ਉੱਠ ਕੇ ਸਿੱਧੇ ਢੰਗ ਦੇ ਨਾਲ ਜੋਗੀਆਂ ਦੀਆਂ ਧਾਰਨਾ, ਜਿੱਥੋਂ ਧਾਰਨਾ ਨੇ ਜਨਮ ਲਿਆ, ਧਾਰਨਾ ਦਾ ਕੀਰਤਨ ਆਰੰਭ ਹੁੰਦਾ ਹੈ। ਇਹ ਬਾਤ ਵੱਖਰੀ ਹੈ ਵੀ ਉਹ ਧਾਰਨਾ ਕੇਵਲ ਗੁਰਬਾਣੀ ਦੇ ਸ਼ਬਦਾਂ ਦੀ ਸੀ, ਇਹ ਵੀ ਸੱਚਾਈ। ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਸ਼ਬਦ ਚੌਕੀ ਆਰੰਭ ਕੀਤੀ। ਹਰਿਮੰਦਰ ਸਾਹਿਬ ਦੀ ਵੱਡੀ ਪਰਿਕਰਮਾ ਸਰੋਵਰ ਸਾਹਿਬ ਦੀ, ਤੇ ਦੁਆਲੇ ਦੁਆਲੇ ਪਰਿਕਰਮਾ ਕਰਦੇ ਹੋਏ ਕੀਰਤਨ ਕਰਨਾ, ਤੇ ਫਿਰ ਬੇਅੰਤ ਸੰਗਤਾਂ ਨੇ ਪਿੱਛੇ ਸ਼ਬਦ ਬੋਲੇ, ਤੇ ਉਸ ਸਿੱਧੀ ਧਾਰਨਾ ਦੇ ਸ਼ਬਦ ਦੇ ਵਿੱਚੋਂ ਅੱਗੇ ਚੱਲ ਕੇ ਫਿਰ ਥੋੜਾ ਜਿਹਾ ਹੋਰ ਸੌਖਾ ਤਰੀਕਾ ਵਰਤਿਆ ਗਿਆ। ਸੰਤ ਬਾਬਾ ਅਤਰ ਸਿੰਘ ਜੀ ਵਸਵਾਣੇ ਵਾਲੇ, ਸੰਤ ਗਿਆਨੀ ਸੁੰਦਰ ਸਿੰਘ ਜੀ ਘਟਨਾ ਵਾਲੇ, ਇਹ ਵੀ ਸਦਾ ਕੀਰਤਨ ਕਰਿਆ ਕਰਦੇ ਸੀ। ਉਹਨਾਂ ਦੇ ਭਰਾਤਾ ਸੰਤ ਗਿਆਨੀ ਇੰਦਰ ਸਿੰਘ ਜੀ ਨੇ, ਬੱਦਰੀ ਵਾਲੇ ਮਹਾਂਪੁਰਸ਼ਾਂ ਨੇ ਮੋਪਾ ਰਾਜ ਜੋੜ ਮੇਲੇ ਦੀ ਕਲੀ ਕਲੀ ਧਾਰਨਾ ਵੀ ਦੱਸੀ ਸੀ, ਇਹ ਧਾਰਨਾ ਫਲਾਣੇ ਤਾਂ ਬੜੀ, ਇਹ ਧਾਰਨਾ ਫਲਾਣੀ ਹੈ। ਇਹ ਬਾਬਾ ਬੁੱਢਾ ਸਾਹਿਬ ਜੀ ਨੂੰ ਜੋ ਹੁਕਮ ਹੋਇਆ, ਅੱਜ ਤੱਕ ਸਦੀਆਂ ਬੀਤ ਗਈਆਂ, ਉਹ ਪਰੰਪਰਾ ਉਸੇ ਤਰ੍ਹਾਂ ਕਾਇਮ, ਤੇ ਅੱਜ ਵੀ ਚਾਹੇ ਉਹ 10 ਪ੍ਰੇਮੀ ਹੋਣ, ਚਾਹੇ 2-4 ਹੀ ਹੋਣ, ਪਰ ਉਹ ਸ਼ਬਦ ਤੋਂ ਚੌਂਕੀ ਤੁਹਾਨੂੰ ਪ੍ਰਕਰਮਾਂ ਚ ਮਿਲੇਗੀ, ਹੱਥ ਚ ਨਿਸ਼ਾਨ ਸਾਹਿਬ ਹੋਏਗਾ ਇੱਕ ਦੇ, ਤੇ ਸ਼ਬਦ ਪੜੇਗਾ, 2 ਕਲਮਾਂ ਰੋਕੇ ਫਿਰ ਸ਼ਬਦ ਪੜਿਆ, ਕੋਈ ਸਾਥ ਦੇਵੇ ਨਾ ਦੇਵੇ, ਤੇ ਇਹ ਪਰੰਪਰਾ ਅੱਜ ਵੀ ਜਿਉਂ ਦੀ ਤਿਉਂ ਕਾਇਮ ਹੈ। ਇਹ ਵੀ ਭਾਈ ਕੀ ਡੋਲੀ ਤੋਂ ਹੀ ਗੁਰੂ ਸਾਹਿਬ ਨੇ ਹੁਕਮ ਕੀਤਾ।
ਇੱਥੇ ਗਰੀਬ ਨਿਵਾਜ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਮ ਹੋਇਆ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕੈਸੀ ਰੀਤ ਹੈ, ਕਰਨੀ ਕਮਾਈ ਹੈ, ਕੈਸੇ ਪ੍ਰਭਾਵਸ਼ਾਲੀ ਵਚਨ, ਕੈਸੀ ਸ਼ਕਤੀ ਹੈ ਕਿ ਇੱਕ ਬ੍ਰਹਮ ਗਿਆਨੀ ਨੂੰ ਬਾਬਾ ਬੁੱਢਾ ਸਾਹਿਬ ਜੀ 100 ਵਰ੍ਹਿਆਂ ਦੀ ਉਮਰ ਦੇ ਵਿੱਚ ਉਹਨਾਂ ਦੇ ਗਾਤਰੇ ਵੀ ਸ੍ਰੀ ਸਾਹਿਬ ਪਹਿਨਾ ਦਿੰਦੇ, ਜਿਹੜੀ ਕਿ ਬਾਬਾ ਬੁੱਢਾ ਸਾਹਿਬ ਨੇ ਸਾਰੀ ਉਮਰ। ਤੇ ਹੁਣ ਕਈ ਵਾਰ ਬੜੀ ਹੈਰਾਨੀ ਹੁੰਦੀ ਹੈ ਕਿ ਜਿਹੜੇ ਗੁਰੂ ਘਰ ਨੂੰ ਮੰਨਣ ਵਾਲੇ ਅੰਮ੍ਰਿਤਧਾਰੀ ਹੋ ਕੇ ਵੀ ਗਾਤਰੇ ਦੀ ਕਿਰਪਾਨ ਤੇ ਥੋੜਾ ਜਿਹਾ ਬੋਝ ਮਹਿਸੂਸ ਕਰਦੇ ਨੇ, ਜਾਂ ਫਿਰ ਉਹਨਾਂ ਨੂੰ ਇਉਂ ਲੱਗਦਾ ਵੀ ਬ੍ਰਹਮ ਗਿਆਨ ਦੇ ਵਿੱਚ ਕਿਰਪਾਨ ਹੀ ਰੁਕਾਵਟ ਹੈ, ਇਹ ਲਾ ਦਿਓ ਫਿਰ ਉਸ ਤੋਂ ਬਾਅਦ ਬ੍ਰਹਮ ਗਿਆਨ ਹੋਊਗਾ, ਕੋਈ ਗੱਲ ਹੈ। ਤੇ ਮਹਾਰਾਜ ਸਾਹਿਬ ਨੇ 5 ਕਕਾਰਾਂ ਦੇ ਵਿੱਚੋਂ ਸਭ ਤੋਂ ਵੱਧ ਸਨੇਹ ਕੀਤਾ ਤਾਂ ਕਿਰਪਾਨ ਨਾਲ, 4 ਕਕਾਰ ਆਪਣੀ ਥਾਂ ਦੇ ਕੜੇ ਨੂੰ ਮੱਥਾ ਨਹੀਂ ਟੇਕਿਆ, ਪਰ ਕਿਹਾ ਇਹ ਸਰਬਲੋਹ ਦਾ ਪਹਿਨਣ, ਕੇਸਾਂ ਨੂੰ ਇਹ ਕਿਹਾ ਸਾਡੀ ਮੋਹਰ ਹੈ ਪਰ ਕੇਸਾਂ ਨੂੰ ਮੱਥਾ ਨਹੀਂ ਟੇਕਿਆ, ਤੇ ਕੰਘਾ ਹੈ ਕੰਘਾ 2 ਵੇਲੇ ਕਰਨਾ ਇਹ ਹੁਕਮ ਦਾ ਮਿਲੇਗਾ ਪਰ ਕੰਘੇ ਨੂੰ ਨਮਸਕਾਰ ਨਹੀਂ, ਕਛਹਿਰੇ ਨੂੰ ਨਮਸਕਾਰ ਨਹੀਂ। ਨਮਸਕਾਰ ਸ੍ਰੀ ਖੜਕ ਕੋ ਕਰੋ ਸੋ ਹਿਤ ਚਿੱਤ ਲਾਏ। ਮਹਾਰਾਜ ਸਾਹਿਬ ਨੇ ਇੱਥੇ ਤੱਕ ਕਿਹਾ ਵੀ ਜੇ ਸਿੰਘ ਇਕੱਲਾ ਹੋਵੇ ਜਿੱਥੇ ਚਿਹਰੇ ਸ਼ੀਸ਼ੇ 'ਚ ਦਰਸ਼ਨ ਕਰਨ ਦੀ ਗੱਲ ਹੈ, ਉੱਥੇ ਸ੍ਰੀ ਸਾਹਿਬ ਦੀ ਗੱਲ ਵੀ ਆਉਂਦੀ ਵੀ ਆਪਣੇ ਗਾਤਰੇ ਵਾਲੀ ਕਿਰਪਾ, ਅਗਰ ਦਰਸ਼ਨ ਕਰਨ ਵਾਸਤੇ ਪੋਥੀ ਨਹੀਂ, ਗੁਟਕਾ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਹੋਏ, ਸ੍ਰੀ ਸਾਹਿਬ ਕੱਢ ਕੇ ਇਹਨੂੰ ਗੁਰੂ ਕਾ ਸਰੂਪ ਜਾਣ ਕੇ ਅਕਾਲ ਪੁਰਖ ਦਾ ਸਿੱਖ ਨਮਸਕਾਰ ਕਰ ਸਕੇ। ਸੋ ਇਸ ਕਰਕੇ ਸਤਿਗੁਰੂ 2 ਸ੍ਰੀ ਸਾਹਿਬਾਂ ਪਹਿਨਣ ਵਾਲੇ ਮੀਰੀ ਪੀਰੀ ਦੀਆਂ, ਤੇ ਉਹ ਗਰੀਬ ਨਿਵਾਜ ਸਤਿਗੁਰੂ ਅੱਜ ਭਾਈ ਕੀ ਡੋਲੀ ਸਾਈਂ ਦਾਸ ਨੂੰ ਕਰਤਾਰਥ ਕੀਤਾ, ਤੋ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ ਦੀ ਬਾਤ ਜਿਹੜੀ ਹੈ ਉਹ ਪ੍ਰਤੱਖ ਕਰਕੇ ਉਕਾ ਦਿੱਤੀ, ਪਿੱਛੇ ਆਪ ਜੀ ਨੂੰ ਸੁਣ ਲਿਆ, ਆਓ ਮਨਵਿਰਤੀ ਇਕਾਗਰ ਕਰਕੇ ਸੁਣੋ ਜੀ। ਵਾਹਿਗੁਰੂ ਜੀ ਦੋਹਰਾ ਰਹਿਣ ਲੱਗੇ ਸ੍ਰੀ ਸਤਿਗੁਰੂ ਮਿਲ ਕਰ ਸਕੇ ਪਰਿਵਾਰ, ਫਿਰ ਸਤਿਗੁਰੂ ਆਪਣੇ ਪਰਿਵਾਰ ਦੇ ਸਹਿਤ ਮਿਲ ਕਰਕੇ ਜਿਵੇਂ ਪਿੱਛੇ ਆਪ ਜੀ ਨੇ ਕੱਲ੍ਹ ਸਰਵਣ ਕੀਤਾ, ਜੋ ਸਾਈਂ ਦਾਸ ਜੀ ਨੇ ਸੁੰਦਰ ਮਕਾਨ ਬਣਾਇਆ ਉਹਦੇ ਚ ਆਪ ਪ੍ਰਵੇਸ਼ ਨਹੀਂ ਸੀ ਕੀਤਾ, ਸਤਿਗੁਰੂ ਦਾ ਬਣਗਾ ਡਾਹਿਆ, ਵਿਛਾਏ ਕੀਤੀ, ਭੋਜਨ ਸਿਖਾਇਆ, ਪਤੀ ਸੇਵਾ ਕੀਤੀ, ਤੇ ਉੱਥੇ ਹੀ ਗੁਰੂ ਸਾਹਿਬ ਜੀ ਦੇ ਮਹਿਲ ਆ ਕੇ ਨਮਸਕਾਰ ਕੀਤੀ ਵਾਰੀ ਵਾਰੀ, ਤੇ ਮਾਤਾ ਗੰਗਾ ਜੀ ਦਾ ਸੁਨੇਹ ਇਹ ਸਾਰੀ ਕਥਾ ਕੱਲ੍ਹ ਸੁਣੀ ਆਪਣੀ, ਤੇ ਅੱਗੇ ਹੁਣ ਦੱਸ ਰਹੇ ਜਿਸ ਪ੍ਰਕਾਰ ਸਾਹਿਬਜ਼ਾਦੇ ਦਾ ਜਨਮ ਹੋਣਾ, ਰਹਿਣ ਲੱਗੇ ਸ੍ਰੀ ਸਤਿਗੁਰੂ, ਸਤਿਗੁਰੂ ਜੀ ਇੱਥੇ ਰਹਿਣ ਲੱਗੇ ਨੇ ਆਪਣੇ ਪਰਿਵਾਰ ਦੇ ਨਾਲ ਮਿਲ ਕਰਕੇ। ਗਰਭਵਤੀ ਦਾਮੋਦਰੀ ਪੁੱਤਰ ਪ੍ਰਤੀਖਣ ਧਾਰ, ਮਾਤਾ ਦਾਮੋਦਰੀ ਜਿਹੜੀ ਹੈ ਡੱਲੇ ਗ੍ਰਾਮ ਤੋਂ ਸੀ, ਸੱਸ ਦੋਨੇ ਸਕੀਆਂ ਭੈਣਾਂ ਵਾ, ਮਾਤਾ ਰਾਮੋ ਜੀ ਸਾਈਂ ਦਾਸ ਦੇ ਘਰ ਹੈ, ਤੇ ਇਹ ਸਕੀ ਭੈਣ ਹੈ ਨਰਾਇਣ ਦਾਸ ਦੀਆਂ ਪੁੱਤਰੀਆਂ, ਭਾਈ ਨਰਾਇਣ ਦਾਸ ਭਾਈ ਪਾਰੋ ਦੀ ਵੰਸ਼ ਜੋ ਹੈ ਬ੍ਰਹਮ ਗਿਆਨੀ ਭਾਈ ਪਾਰੋ ਜੀ ਹੋਏ, ਪਰਮਹੰਸ ਜੀ ਇਹਨਾਂ ਨੂੰ ਪਦਵੀ ਦਿੱਤੀ ਮਹਾਰਾਜ ਨੇ। ਔਰ ਇੱਕੋ ਹੀ ਡੱਲਾ ਗ੍ਰਾਮ ਐਸਾ ਭਾਗਾ ਵਾਲਾ ਹੈ, ਜੀ ਕਰਦਾ ਵੀ ਇਸ ਨਗਰ ਦੇ ਜਦੋਂ ਵੀ ਦਰਸ਼ਨ ਕਰੀਏ ਨਮਸਕਾਰ ਕਰੀ ਦੀ, ਉਸ ਨਗਰ ਨੂੰ ਹੀ ਨਮਸਕਾਰ ਕਰ, ਕਿ ਇੱਕ ਨਗਰ ਦੇ ਅੰਦਰ ਇੰਨੇ ਬ੍ਰਹਮ ਗਿਆਨੀ, ਇਹ ਵੀ ਇੱਕ ਪੂਰੇ ਭਾਰਤ ਦਾ ਰਿਕਾਰਡ ਹੈ ਵੀ ਜੇ ਕਿਸੇ ਇੱਕ ਨਗਰ 'ਚ ਇੰਨੇ ਬ੍ਰਹਮ ਗਿਆਨੀ ਹੋਏ, ਉਹ ਡੱਲਾ ਗ੍ਰਾਮ ਹੈ, ਡੱਲੇ ਗ੍ਰਾਮ ਤੋਂ ਸੀ ਮਾਤਾ, ਵੱਡੇ ਮਹਿਲ ਹਨ ਇਹ, ਉਹ ਮਹਿਲ ਜਿਨ੍ਹਾਂ ਦੇ ਨਾਲ ਜਦੋਂ ਸਤਿਗੁਰੂ ਦਾ ਸੰਯੋਗ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੋਇਆ, ਇਹ ਸਾਡੇ ਗੁਰੂ ਅਰਜਨ ਦੇਵ ਜੀ ਆਪਣੇ ਹੱਥੀਂ ਕਰਕੇ ਗਏ। ਉਦੋਂ ਬਾਅਦ 2 ਸ਼ਾਦੀਆਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਡਿਊਟੀ ਨਿਭਾਈ ਜੋ ਗੁਰੂ ਅਰਜਨ ਦੇਵ ਜੀ ਲਾ ਕੇ ਦਿੱਤਾ। ਸੋ ਇਹੋ ਸਤਿਗੁਰੂ ਮਹਾਰਾਜ ਸਾਹਿਬ ਜੀ ਪਰਿਵਾਰ ਸਹਿਤ ਮਿਲ ਕੇ ਰਹਿ ਰਹੇ ਹੈ। ਗਰਭਵਤੀ ਦਾਮੋਦਰੀ ਪੁੱਤਰ ਪ੍ਰਤੀਖਣ ਧਾਰ, ਅੜੀ ਕਰ ਰਹੀ ਹੈ ਮੇਰੀ ਕੁੱਖ ਤੋਂ ਸੰਤਾਨ ਪੈਦਾ ਹੋਵੇ, ਤੇ ਇਸ ਪ੍ਰਕਾਰ ਫਿਰ ਗਰਭਵਤੀ ਹੈ, ਪੇਟ ਦੇ ਵਿੱਚ ਬੱਚਾ ਹੈ। ਬਾਬਾ ਗੁਰਦਿੱਤਾ ਜੀ ਗੁਰੂ ਸਾਹਿਬ ਜੀ ਦੀ ਅੰਸ ਬੰਸ, ਸੇਵਾ ਕਰੇ ਨਾਨਕੀ ਕਰਸੋ, ਤੇ ਫਿਰ
माता नानकी बहुत सेवा अपनी बड़ी भैन जान के कर रहे हैं। पतमह प्रीति धारत उरसो ते पति दी प्रीति कर ते जो गुरु पीरां दे जीवन महापुरशां दे जीवन भगतां दे जीवन ओदे च सास संदीप पत्नी दा जिहड़ा रूप है एदे च कोई दोहरावा नहीं। महाराज साहब जी ने खोया होया हक चार जुगां दा औरत जाति नूं दित्ता अर्ध शरीरी नाल ना छोड़े ता ते हिंदू ही रही पर फिर भी जिवें सज्जा ते खब्बा अंग दोनों अंगां दा कुछ अंतरा है ते बाव अंग दे विचों इस्त्री दा पैदा होना जदों परमात्मा ने मनुख जाति बनाई ते इस्त्री रूप तेरी की न्याई सोत नाही मेरे प्रतारे श्री गुरु ग्रंथ साहिब। औरत का रूप एक ऐसा सेवा वाला रूप भावना वाला रूप बनाया है। बार बार कहा जाता है कि पति की सेवा कोई एक पंक्ति ऐसी है गुरु ग्रंथ साहब या भाई गुरदास की जिहड़ी कहती हुई पति नूं भी तू पत्नी की सेवा कर ते ये अधिकार अपने हो। इस करके गुरु पीरां दे जीवन तो सानू सीध लेनी चाहीदी है कि ऐसा नहीं होना चाहीदा भी बराबरी का भाव लैके हंकार दे विच बराबर खड़े हो जाना ते रोज चार दवांग सौण खड़ी रखनी लड़ाई हो जानी ते जिद करनी कि मैं कहड़ा तेरे नाल घट कमा रही ऐसे नहीं। ते सतगुरु महाराज साहिब दे महल देखो कितनी भावना है पति की सेवा कर रहे पति की सेवा परमेश्वर की सेवा जिन्होंने पति परमेश्वर रूप के अंदर ऐसी भावना जागृत हो गई तो गुरु साहब जी कहते हैं सील संजम पर आ गया मन है इस नारी को दुख ना जमाना कहो नानक जिन फिरो परमेश्वर कर जानिया तन सती दरगह है प्रवान वो दरगह के प्रवान है सत ਇਹ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ ਸਾਨੂੰ ਗੁਰਬਾਨ ਗੁਰਬਤ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ। ਸੋ ਆਓ ਜਿਸ ਪ੍ਰਕਾਰ ਅੱਗੇ ਦੱਸ ਰਹੇ ਹਨ ਮਾਤਾ ਨਾਨਕੀ ਜੀ ਇਹ ਬਹੁਤ ਸੇਵਾ ਕਰੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸਤਿਕਾਰਯੋਗ ਮਾਤਾ ਜਿਨ੍ਹਾਂ ਨੂੰ ਬਣਨ ਦਾ ਮਾਣ ਪ੍ਰਾਪਤ ਹੋਣਾ ਹੈ ਪਰ ਅਜੇ ਮਾਤਾ ਦਮੋਦਰੀ ਜੀ ਕੁੱਖ ਤੋਂ ਪਹਿਲੇ ਬੱਚੇ ਨੇ ਜਾਣ ਲਿਆ ਤੇ ਮਾਤਾ ਨਾਨਕੀ ਉਸ ਵੇਲੇ ਬੜੀ ਸੇਵਾ ਵਿੱਚ ਹੈ। ਗੰਗਾ ਹੇਰ ਹੇਰ ਪ੍ਰੇ ਨੰਦਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਤਿਕਾਰਯੋਗ ਮਾਤਾ ਗੰਗਾ ਜੀ ਉਹ ਦੇਖ ਦੇਖ ਕੇ ਆਪਣੀਆਂ ਨੂੰਹਾਂ ਨੂੰ ਦੇਖ ਦੇਖ ਕੇ ਆਪਣੇ ਪੁੱਤਰ ਦੇ ਪ੍ਰਤਾਪ ਨੂੰ ਬਹੁਤ ਪ੍ਰਸੰਨ ਹੋਏ ਮਾਨੋ ਜਿਹੜੇ ਪੁਰਾਣੇ ਜ਼ਖਮ ਹੋਏ ਹਨ ਪਤੀ ਵਿਛੋੜੇ ਦੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸੰਸਾਰ ਤੋਂ ਚਲੇ ਜਾਣਾ ਸ਼ਹੀਦੀ ਹੋ ਜਾਣੀ ਤੇ ਪੁੱਤਰ ਦਾ ਪ੍ਰਤਾਪ ਦੇਖ ਕੇ ਕੁਝ ਮਨ ਨੂੰ ਸ਼ਾਂਤੀ ਆਉਂਦੀ ਹੈ। ਰਹਿ ਆਨ ਜਗ ਜਨ ਕੋ ਬੰਧਨ ਸੰਸਾਰ ਮੱਥੇ ਟੇਕ ਰਿਹਾ ਗੁਰੂ ਹਰਗੋਬਿੰਦ ਸਾਹਿਬ ਮਾਤਾ ਜੀ ਬਹੁਤ ਪ੍ਰਸੰਨ ਹੋਏ ਕਿਹੜੀ ਮਾਂ ਹੈ ਜਿਹੜੀ ਆਪਣੇ ਪੁੱਤਰ ਨੂੰ ਵਡਿਆਈ ਮਿਲਦੀ ਹੋਵੇ ਤੇ ਮਾਤਾ ਪ੍ਰਸੰਨ ਨਾ ਹੋਵੇ ਬਲਕਿ ਮਾਤਾ ਪ੍ਰੀਤ ਕਰੇ ਪੁੱਤ ਖਾ ਤੇ ਪੁੱਤਰ ਦੇ ਮੂੰਹ 'ਚ ਕੋਈ ਪਦਾਰਥ ਪੈਂਦਾ ਮਾਤਾ ਮਹਿਸੂਸ ਕਰਦੀ ਹੈ ਪਦਾਰਥ ਮੈਨੂੰ ਪ੍ਰਾਪਤ ਹੋ ਗਿਆ ਮੀਨੇ ਪ੍ਰੀਤ ਪਈ ਜਲ ਨਹਾਏ ਸਤਿਗੁਰ ਪ੍ਰੀਤ ਗੁਰਸਿੱਖ ਮੁਕਮਾ ਸਤਿਗੁਰੂ ਇੰਨੀ ਪ੍ਰੀਤੀ ਕਰਦੇ ਹੈ। ਸੋ ਇਹੋ ਮਾਤਾ ਜੀ ਬੜੇ ਪ੍ਰਸੰਨ ਹੁੰਦੇ ਹਨ। ਅਤ ਆਨੰਦ ਚਿਤ ਜਿਸਕੇ ਹੋਵਾ ਅਤ ਪ੍ਰੀ ਬਹੁਤਾ ਅਤਸੇ ਕਰਕੇ ਆਨੰਦ ਚਿਤ ਵਿੱਚ ਹੋ ਰਿਹਾ ਹੈ। ਵਧਿਓ ਪ੍ਰਤਾਪ ਪੁੱਤਰ ਕੋ ਜਵਾ ਬੜਾ ਪ੍ਰਭਾਵ ਵੱਧ ਚੁੱਕਾ ਹੈ ਆਪਣੇ ਪੁੱਤਰ ਦਾ ਵੇਖ ਰਹੀ ਹੈ ਮਾਤਾ ਗੰਗਾ। ਪੋਤਰਾ ਦੇਖਣ ਲਾਲਸਾ ਜਾਹੀ ਪਰ ਪੋਤਰੇ ਨੂੰ ਦੇਖਣ ਦੀ ਅੰਦਰ ਲਾਲਸਾ ਹੈ ਇੱਛਾ ਹੈ ਤੀਬਰ ਇੱਛਾ ਹੈ ਕਿ ਪੋਤਰੇ ਦਾ ਮੂੰਹ ਕਦੋਂ ਵੇਖ ਲੈ ਤੇ ਇਸ ਪ੍ਰਕਾਰ ਦੀ ਇੱਛਾ ਮਨ ਵਿੱਚ ਮਾਤਾ ਗੰਗਾ ਜੀ ਦੇ ਹੈ। ਰਖੇ ਸਲੂਖਾ ਕੋਲਿਜ ਪਾਹੀ ਸਲੂਖਾ ਨਾਵੇ ਨੂੰਹ ਦਾ ਸਾਸ ਜੀ ਆਪਣੀ ਨੂੰਹ ਨੂੰ ਹਰ ਵੇਲੇ ਸਾਸ ਜੀ ਧੀਆਂ ਨਾਲੋਂ ਵੱਧ ਪਿਆਰ ਨੂੰਹ ਸੱਸਦਾ ਹੈ ਆਪਸ ਵਿੱਚ ਐਸਾ ਪਿਆਰ ਇਹ ਗੁਰੂ ਘਰ ਦੀ ਇੱਕ ਮਿਸਾਲ ਹੈ ਸੰਸਾਰ ਦੇ ਝਗੜੇ ਖਤਮ ਕਰਨ ਵਾਸਤੇ ਨੂੰਹ ਸੱਸ ਦਾ ਪਿਆਰ ਬਣਾਉਣ ਵਾਸਤੇ ਗੁਰੂ ਸਾਹਿਬਾਨਾਂ ਦੇ ਜੀਵਨ ਦੀ ਕਥਾ ਇਸ ਵਾਸਤੇ ਵੀ ਹੈ ਕਿ ਸਾਡਾ ਸਮਾਜਿਕ ਜੀਵਨ ਵੀ ਸੁਧਰੇ
परमार्थ जीवन भी सुध पाए। दोनों पक्ष महाराज ने दोवे थाव रखे गुरु अगे दसते हैं ब्रंद बिघन ते रचिया करही। ब्रंद बिघन मतलब होंगे भी उस वेले बड़ी संभाल की लोड़ होंगी है। पहला बच्चा है, पहले बच्चे वेले बीबिया उन्ना ज्ञान नहीं हों जिन्हें सियाणिया बीबिया उन्होंने हर वेले दसदिया रहा भाव गुजे जिमें थान से पैर नहीं रखना किमें सेहत को संभालना है बच्चे पर माड़ा असर ना पवे। तो इस प्रकार फिर माता गंगा जी आप संभाल कर अपनी नूह दे जतना लेकर के अनुसार ही अनेक जतना दे अनुसार ही सतगुर मेहर दीवान लगावे। ते भाई की डोली जाइए बाहर खुले थान ते सास जी जिथे महाराज दीवान आउंदे उत्थे भी महाराज दी याद बड़ी है। सुन संगत बहुत दिसदे आवे ते सुन करके संगत चारे दिशावां तो पूर्व पश्चिम उत्तर दक्षिण तो आ रही है। निकट निकट के ग्राम तमाम जिन्हें भी नेड़े नेड़े दे पिंड हन ते ओ नगर हन जिन्हें भी उतो संगत बेअंत आ रही है। सुन सुन गुरु को जस अबरामू ते गुरु साहब जी का जस अबरामू दा अर्थ है सुंदर सुंदर जस सुन करके महाराज साहब जी का आ रहे हैं। प्रथम ना सिख पाए सो आवे ते जेड़े पहला पाए जे सिखी नहीं धारण की ओ हुण आ रहे हैं सिख बन वास्ते। अजे पहला सिखी प्राप्त नहीं हुई ओ ज्यो ज्यो संगत करदे आ मन च चा आउंदा सी गुरु के सिख बन गए। सो इस प्रकार फिर उत्साह हो रहा है। ले सिखिया को उरहल सावे ओ भी सिखिया लै के हिरदा जिहड़ा ना बहुत प्रसन्नता दे सहत हुंदा है खेड़े विच हुंदा है। मन है दास मन काम न पावे ओ गुरु के दास सेवक बन के सिख बन के मनोकामना पूर्ण करदे हन। अनंत अपूर्ण को अरपावे अपूर्ण आवे भेटा दा अनेकां प्रकार दियां भेटावां भी सतगुरु महाराज साहिब जी दे चरणां विच लै के आउंदे है। कीर्तक दिन प्रीत दर्शन आवे सेवा करन वास्ते रुक जांदे आ कुछ दिनां वास्ते महीनियां वास्ते सिखी अदक होण ते लागी क्यों फिर गुरु साहिब दी सिखी विच वाधा हो अलग तो अलग होंदी जा रही है। सिखी सिमरह सतनाम वडभागी जिन्हां दे भाग वड्डे भाई ओह सत नाश तो रहत परमेश्वर वाहिगुरु दा नाम है जिहड़ा वाहिगुरु ओह सिमरदे नाश तो रहत नाम जिहड़ा है सतनाम सास जी जिथे भी आवे। एक गुरमुख ने शंका कीती अखे जी जदों पंज प्यारे नाम लैंदे है ਇਹ ਉਦੋਂ ਵਾਹਿਗੁਰੂ ਸ਼ਬਦ ਦ੍ਰਿੜ ਕਰਾਉਂਦੇ ਤੇ ਸਾਰੇ ਸਿੱਖ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੈ। ਕਹਿੰਦੇ ਵੀ ਇਹ ਕਦੇ ਦੇਖਦੇ ਵੀ ਸਿੱਖ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਸਤਨਾਮ ਲਿਖਿਆ ਹੋਇਆ ਵੀ ਜਪਮਾਨ ਸਤਨਾਮ ਤੇ ਤੁਸੀਂ ਜਪੀ ਜਾਂਦੇ ਹੋ ਵਾਹਿਗੁਰੂ ਵਾਹਿਗੁਰੂ। ਸ਼ੰਕਾ ਕਰਨ ਵਾਲਿਆਂ ਨੂੰ ਹੋਰ ਤਾਂ ਕੋਈ ਕੰਮ ਹੈ ਨਹੀਂ ਉਹਨਾਂ ਨੇ ਕੋਈ ਨਾ ਕੋਈ ਚਾਰ ਜਮਾਂ ਸੂਲ ਕੜੀ ਰੱਖਣੀ ਹੁੰਦੀ ਹੈ। ਸਾਧ ਸੰਗਤ ਜੀ ਇਸ ਦਾ ਅਗਰ ਕੋਈ ਵੀ ਸ਼ੰਕਾਵਾਦੀ ਕਹੇ ਇਹਦਾ ਸਹੀ ਉੱਤਰ ਇਹੀ ਹੈ ਇਹਦੇ ਦੋ ਉੱਤਰ। ਇੱਕ ਉੱਤਰ ਤਾਂ ਹੈ ਵੀ ਸਤਨਾਮ ਸ਼ਬਦ ਜਿਹੜਾ ਹੈ ਇਹ ਮੂਲ ਮੰਤਰ ਦਾ ਸੰਖੇਪ ਹੈ ਤੇ ਜਿੱਥੇ ਸਤਨਾਮ ਜਪਣ ਨੂੰ ਕਿਹਾ ਉਹਦਾ ਮਤਲਬ ਮੂਲ ਮੰਤਰ ਜਪਣ ਨੂੰ ਕਹਿ ਰਹੇ ਹੋ ਸਕਦਾ ਰਾਤ ਵੀ ਹੋ ਸਕਦਾ। ਇਸ ਕਰਕੇ ਮਾਤਾ ਨੇ ਬਹੁਤ ਵੱਡੇ ਫਿਕਰ ਦੇ ਨਾਲ ਆਪਣੀ ਨੂੰਹ ਦੀ ਸੰਭਾਲ ਕੀਤੀ। ਨਿਕਟ ਨੁਖਾ ਕੇ ਰਹਿਤ ਸੁਜਾਨਾ ਕਦੇ ਪਰੇ ਨਹੀਂ ਜਾਂਦੀ ਮਾਤਾ ਆਪਣੀ ਨੂੰਹ ਦੇ ਨੇੜੇ ਰਹਿੰਦੀ ਆ ਹਰ ਵੇਲੇ। ਜਗਤ ਵਿਖੇ ਰੁੱਤ ਸਰਦ ਪ੍ਰਕਾਸ਼ੀ ਸਾਸ ਜੀ ਸ਼ੇਰ ਧਨ ਚੇਤ ਵਿਸਾਖ ਇਹ ਦੋਨੇ ਸਾਸ ਜੀ ਮਹੀਨਿਆਂ ਤੋਂ ਕਿ ਛੇ ਮਹੀਨੇ ਜਿਹੜੇ ਨੇ ਉਹਨਾਂ ਨੂੰ ਬਾਰਾਂ ਮਹੀਨਿਆਂ ਨੂੰ ਛੇ ਥਾਂ ਤੇ ਵੰਡਿਆ ਹੋਇਆ ਦੋ ਦੋ ਮਹੀਨਿਆਂ ਦਾ ਇੱਕ ਇੱਕ ਰੁੱਤ ਮੰਨੀ ਗਈ। ਚੇਤ ਵਿਸਾਖ ਬਸੰਤ ਰੁੱਤ ਹੈ ਜੇਠ ਹਾੜ ਗਰੀਬ ਰੁੱਤ ਹੈ ਸਾਵਣ ਭਾਦਰੋਂ ਇਹ ਪਾਪਸ ਰੁੱਤ ਹੈ ਵਰਖਾ ਰੁੱਤ ਵੀ ਕਹਿੰਦੇ ਤੇ ਇਸ ਤੋਂ ਅੱਗੇ ਸਾਸ ਜੀ ਅੱਸੂ ਤੇ ਕੱਤਾ ਇਹਦਾ ਨਾਮ ਸਰਦ ਰੁੱਤ ਹੈ ਭਾਵ ਕੀ ਹੈ ਵੀ ਸਰਦ ਰੁੱਤ ਚੱਲ ਰਹੀ ਸੀ ਕੱਤਕ ਦਾ ਮਹੀਨਾ। ਸ਼ਿਸ਼ਿਰ ਰੁੱਤ ਹੈ ਹਿਮਕਰ ਰੁੱਤ ਹੈ ਐ ਛੇ ਰੁੱਤਾਂ ਬਣਦੀਆਂ ਖੱਟ ਰੁੱਤਾਂ ਤੇ ਕੱਤਕ ਦਾ ਮਹੀਨਾ ਚੱਲਦਾ ਹੈ
ਉਹਦੇ ਸਮਾਂ ਸਾਸੀ ਐਸਾ ਆਣ ਟੁੱਟਿਆ ਕਤਕ ਸੁੰਦਰ ਪੂਰਨਮਾਸੀ ਕਤਕ ਸੁਦੀ ਪੂਰਨਮਾਸੀ ਹੁਣ ਦੇਖੋ ਕਤਕ ਸੁਦੀ ਪੂਰਨਮਾਸੀ ਗੁਰੂ ਨਾਨਕ ਸਾਹਿਬ ਦਾ ਅਵਤਾਰ ਸੀ ਤੇ ਜਿਹੜੇ ਅਣਜਾਣ ਤੇ ਬੇਗਿਆਤ ਜਿਹਨਾਂ ਨੂੰ ਗਿਆਨ ਤਾਂ ਹੈ ਨਹੀਂ ਉਹ ਟਪਲੇ ਕਿਵੇਂ ਖਾਦੇ ਆ ਭਾਵੇਂ ਸਾਡੇ ਹੀ ਆਪਣੇ ਹੋਣ ਇਹਦੇ ਵਿੱਚ ਵੀ ਇੱਕ ਟਪਲਾ ਖਾਣਾ ਸਿੱਖਾਂ ਨੇ ਜਿਹਨੇ ਗੱਲ ਪ੍ਰਚਲਿਤ ਕਰਨੀ ਹੈ ਉਹ ਗੱਲ ਹੁਣ ਭਾਈ ਸਾਹਿਬ ਜੀ ਇੱਥੇ ਇਸ਼ਾਰਾ ਦਿੰਦੇ ਨੇ ਤੇ ਇਤਫਾਕ ਹੀ ਆ ਸਮਾਂ ਉਹ ਆਇਆ ਜਿਹੜਾ ਕੱਤਕ ਸੁਦੀ ਪੂਰਨਮਾਸ਼ੀ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ ਸੀ ਉਹੀ ਸਮਾਂ ਬਾਬਾ ਗੁਰਦਿੱਤਾ ਜੀ ਦੇ ਪ੍ਰਗਟ ਹੋਣ ਦਾ ਬਣ ਗਿਆ ਗ੍ਰਹਿ ਨਛੱਤਰ ਸੁਭ ਲਗਨ ਨਜ਼ਾਰਾ ਇਹ ਗ੍ਰਹਿ ਨਛੱਤਰ ਸੁਭ ਲਗਨ ਉਹ ਲਗਨ ਦਰਸਾਰ ਸਿੰਘ ਜੀ ਜਿਹਨਾਂ ਦੇ ਵਿੱਚ ਏਡੀ ਵੱਡੀ ਬਖਸ਼ਿਸ਼ ਮਨੁੱਖਾ ਸਰੀਰ ਬਾਬਾ ਗੁਰਦਿੱਤਾ ਜੀ ਨੂੰ ਗੁਰੂ ਨਾਨਕ ਦੇ ਘਰ ਛੇਵੇਂ ਪਾਤਸ਼ਾਹ ਦੇ ਪੁੱਤਰ ਹੋਣ ਦਾ ਮਾਣ ਮਿਲਣਾ ਤੇ ਧੰਨ ਸੋ ਦਿਵਸ ਸੰਯੋਗਣਾ ਹੋ ਗਈ ਧੰਨ ਸੋ ਵੇਲਾ ਘੜੀ ਤਨ ਤਨ ਮੂਰਤ ਪ੍ਰਸ਼ਾਦ ਧੰਨ ਸੋ ਦਿਵਸ ਸੰਯੋਗਣਾ ਜਿੱਥੇ ਡਿੱਠਾ ਗੁਰਦੁਆਰਾ ਸਾਹਿਬ ਮਨੁੱਖ ਸਰੀਰ ਦੇ ਵਿੱਚ ਆ ਕੇ ਜਿਹੜੇ ਪਿਤਾ ਰੂਪ ਦੇ ਵਿੱਚ ਹੀ ਪਰਮੇਸ਼ਵਰ ਦੇ ਦਰਸ਼ਨ ਕਰਨੇ ਧੰਤਾ ਦੇ ਯੋਗ ਹੈ ਅਰਧ ਰਾਤ ਮੈਂ ਚੰਦ ਉਦਾਰਾ ਅੱਧੀ ਰਾਤ ਦਾ ਚੰਦਰਮਾ ਹੈ ਜੀ ਜਨਮੇ ਬਾਲਕ ਸੁੰਦਰ ਦੇਹ ਸੁੰਦਰ ਬਾਲਕ ਬਹੁਤ ਛੇਵੀਂ ਛੇਵੇਂ ਪਾਤਸ਼ਾਹ ਦੀ ਅੰਸਮਨ ਸਭਾਈ ਸੁੰਦਰ ਕਿਉਂ ਨਾ ਹੋਵੇ ਤੇ ਪਿਤਾ ਦੇ ਉੱਤੇ ਮਹਾਂਦਰੇ ਹੁੰਦੇ ਨੇ ਬੱਚਿਆਂ ਦੇ ਜਾਂ ਮਾਤਾ ਤੇ ਹੁੰਦਾ ਸਤਿਗੁਰ ਸਾਚੇ ਦੀ ਆ ਭੇਜ ਚਿਰ ਜੀਵਨ ਉਪਜਾ ਸੰਜੋਗ ਉਹਦੇ ਮੈਂ ਆਏ ਕੀ ਆ ਨਿਵਾਸ ਮਾਤਾ ਕੇ ਮਨ ਬਹੁਤ ਵਿਗਾਸ ਜਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਨੇ ਲਿਖਿਆ ਧੁਰਕਾ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਹਾ ਆਨੰਦ ਜੀਆ ਗੁਰਬਾਣੀ ਸਖੀ ਮੰਗਲ ਗਾਵੈ ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕੇ ਮਨ ਭਾਵੈ ਬਲੀ ਵੇਰ ਕੋ ਪੀੜੀ ਚਾਲੀ ਧਰਮ ਕਲਾ ਹਰ ਬੰਧ ਬਹਾਲੀ ਮਨ ਚਿੰਦਿਆ ਸਤਿਗੁਰੂ ਨਿਭਾਇਆ ਪਏ ਅਚਿੰਤ ਏਕ ਰਿਵਲਾਇਆ ਇਹ ਕਿਉਂ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਵੇਲੇ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ ਸੀ ਕਿਉਂ ਵਾਰ ਪਿਤਾ ਉੱਪਰ ਕਰੇ ਵਾ ਮਾਨ ਬੁਲਾਇਆ ਬੋਲੇ ਗੁਰ ਕੈ ਭਾਨ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਤੁਠਾ ਕੀ ਨਹੀਂ ਤਾਂ ਇਹ ਕਿਉਂ ਸਤਿਗੁਰੂ ਮਹਾਰਾਜ ਸਾਹਿਬ ਨੇ ਸ਼ੁਕਰਾਨਾ ਕੀਤਾ ਅਕਾਲ ਪੁਰਖ ਦਾ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਸੁਣ ਗੰਗਾ ਭਈ ਆਨੰਦ ਕਰੇ ਮਾਤਾ ਗੰਗਾ ਜੀ ਬਹੁਤ ਆਨੰਦਿਤ ਹੋ ਗਏ ਜਿਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਪੋਤਰੀ ਦੀ ਦਾਤ ਬਖਸ਼ੀ ਹੈ ਦਾਸੀ ਦਾਸ ਕਰੇ ਉਤਲਾਏ ਦਾਸੀਆਂ ਦਾਸ ਗੁਰੂ ਘਰ ਦੇ ਚਾਹ ਦੇ ਚਾਹ ਨਹੀਂ ਚੁੱਕਿਆ ਜਾਂਦਾ ਨੱਥੇ ਦੌੜੇ ਫਿਰਦੇ ਖੁਸ਼ੀ ਵਿੱਚ ਮੰਗਲ ਵਸਤ ਸੰਤ ਸਮਦਾਏ ਸਾਰੀਆਂ ਵਸਤੂਆਂ ਸਾਰ ਸਜੀ ਜਿਹੜੀਆਂ ਮੰਗਤਿਆਂ ਆਦਿ ਜਿਹੜੀਆਂ ਉਹ ਸੰਤ ਰਹੇ ਨੇ ਆਪਸ ਮੈਂ ਕਹਿ ਹਰਕਤ ਹੋਤ ਆਪਸ ਵਿੱਚ ਹੀ ਬੜੀ ਖੁਸ਼ੀ ਪ੍ਰਾਪਤ ਕਰ ਰਹੇ ਹਨ ਸਭ ਬਟਮ ਕੇ ਆਨੰਦ ਅਦੋਤ ਸਾਰੇ ਪਰਿਵਾਰ ਦੇ ਆਨੰਦ ਹਿਰਦੇ ਚ ਪ੍ਰਗਟ ਹੋਇਆ ਗੁਰ ਢਿੱਗ ਸੁਗ ਕਹਿ ਤਨ ਗਨ ਕਾਇਓ ਜਿਹਨੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਖਬਰ ਦਿੱਤੀ ਹੋਣ ਦੇ ਕਹਿੰਦੇ ਬੇਅੰਤੀ ਧਰਮ ਪ੍ਰਾਪਤ ਕਰ ਲਿਆ ਸਭਨ ਵਿਖੇ ਮੰਗਲ ਪ੍ਰਗਟਾਇਓ ਸਾਰਿਆਂ ਦੀ ਖੁਸ਼ੀ ਪ੍ਰਗਟਾਈ ਹੈ ਭਈ ਪ੍ਰਭਾਤੀ ਬੱਜੀ ਵਧਾਈ ਪ੍ਰਭਾਤ ਹੋਈ ਅੰਮ੍ਰਿਤ ਵੇਲਾ ਵਧਾਈਆਂ ਵੱਧ ਗਈਆਂ ਲਗ ਨਾਵਤ ਬਾਜ ਸਹਿਨਾਈ ਛੋਟੇ ਨਗਾਰੇ ਜਫੀਰੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਖੁਸ਼ੀ ਦੀਆਂ ਮੰਗਤ ਜਨ ਸੁਰਸਨ ਸਮਦਾਏ ਬਹੁਤ ਸਾਰੇ ਜਿਹੜੇ ਮੰਗਤੇ ਸਨ ਸੁਣ ਸੁਣ ਕੇ ਆ ਰਹੇ ਹਨ ਗਰੀਬੀ ਦੂਰ ਕਰਨ ਵਾਸਤੇ ਮੌਕੇ ਵਧਾਈਆਂ ਦੇਵਾਂਗੇ ਗੁਰੂ ਸਾਹਿਬ ਨੂੰ ਬਹੁਤ ਉਤਸ਼ਾਹ ਹੋ ਰਿਹਾ ਹੈ ਜਚਨ ਹੇਤ ਗੁਰੂ ਤੇ ਆਏ ਮੰਗਦੇ ਆਏ ਨੂੰ ਮੰਗਣ ਵਾਸਤੇ ਗੁਰੂ ਸਾਹਿਬ ਨੂੰ ਵਧਾਈਆਂ ਦੇਣ ਜੇਠੇ ਸੰਗ ਕਹਿਓ ਤਨ ਨੀਚੇ ਭਾਈ ਜੇਠੇ ਨੂੰ ਮਹਾਰਾਜ ਨੇ ਕਿਹਾ ਤਨ ਲੈਣਾ ਕੋਈ ਖਾਲੀ ਨਹੀਂ ਜਾਣਾ ਚਾਹੀਦਾ ਗਨ ਮੰਗਤ ਜਨ ਕੋ ਬਹੁ ਬੀਜੇ ਜਿਹਨੇ ਵੀ ਮੰਗਤੇ ਆਉਣ ਸਾਰਿਆਂ ਦੀਆਂ ਝੋਲੀਆਂ ਭਰਦੇ ਹੋ ਮਹਾਰਾਜ ਕਹਿੰਦੇ ਲੇ ਤਬ ਇੱਕ ਥਾਂ ਥਰਿਓ ਹੈ ਉਹ ਇੱਕ ਥਾਂ ਤੇ ਖੜਾ ਹੋ ਗਿਆ ਜੇ ਸਭ ਹਨ ਕੋ ਆਨੰਦ ਕਰਿਓ ਹੈ ਸਾਰਿਆਂ ਨੂੰ ਜੋ ਵਧਾਈਆਂ ਦਿੰਦਾ ਉਹ ਆਨੰਦ ਦੇ ਰਹੇ ਨੇ ਘਰ ਦਰ ਅਗਰ ਹੀਜਰੇ ਨਾਚੇ ਜਿਹੜੇ ਹੀਜਰੇ ਅਨੁਸਾਰ ਸੰਜੀ ਇਹ ਕਦੋਂ ਮੌਕਾ ਚੁੱਕਦੇ ਆ ਇਹਨਾਂ ਨੇ ਕਿਹਾ ਵੀ ਥੋੜੇ ਥੋੜੇ ਥਾਂ ਤੇ ਜਾ ਕੇ ਮੰਗਦੇ ਨੂੰ ਉਮਰਾਂ ਲੰਘ ਗਈਆਂ ਅੱਜ ਹੁਣ ਇੱਕੋ ਵਾਰੀ ਮੰਗ ਲਈਏ ਜਿਹੜੀਆਂ ਝੋਲੀਆਂ ਭਰ ਜਾਣ ਇਹ ਵੀ ਲਾਣਾ ਬੰਨ ਕੇ ਆ ਗਏ ਅਨੇਕ ਹਰਖ ਚਿਤ ਰਾਜੇ ਹੈ ਇਹਨਾਂ ਨੂੰ ਦੇਖ ਕੇ ਬਹੁਤ ਸਾਰੇ ਲੋਕ ਖੁਸ਼ ਹੁੰਦੇ ਢੋਲਕ ਤਲਕਾ ਤੁਮਰੂ ਤਾਲੀ ਤੇ ਇਹਨਾਂ ਨੂੰ ਚਾਹੇ ਕੋਈ ਹਟਾਈ ਵੀ ਜਾਵੇ ਵੀ ਭਾਈ ਗੁਰਮਤਿ ਦੇ ਵਿੱਚ ਹੈ ਨੀ ਨੱਚਣਾ ਗਾਉਣਾ ਇਹ ਲੋਕ ਵੀ ਕਦੇ ਵੀ ਹਟਿਆ ਕਰਦੇ
ਇਹ ਵੀ ਮੌਕਾ ਪਾ ਕੇ ਆ ਗਏ ਨਾ, ਘੁੰਗਰੂ ਬੰਨੇ ਹੋਏ ਨਾ, ਤਾਲੀਆਂ ਕੋਲ ਨਾ ਕੈਸੀਆਂ, ਢੋਲ ਕਾਲ ਗਲ ਵਿੱਚ ਪਾਈ ਹੋਈ ਹੈ, ਇਹੋ ਇਹਨਾਂ ਨੇ ਵੀ ਖੁਸ਼ੀ ਪ੍ਰਗਟਾਈ। ਭਾਈ ਗਾਏ ਬਜਾਵਤ ਲੇਤ ਭਵਾਲੀ, ਇਹ ਗਾਉਂਦੇ ਵੀ ਨਾਲੇ ਸਾਸ ਜੀ ਚੱਕਰ ਲੈਂਦੇ ਹੋਏ ਗਾਉਂਦੇ ਨਾ, ਗੁੰਤਤ ਫੁੱਲਨ ਪਾਪ ਸੁਧਾਰ, ਤੇ ਇਹੋ ਸਾਸ ਜੀ ਪੱਤੇ ਸੁਧਾਰ ਕਰਕੇ ਜਿਹੜੀਆਂ ਬੰਧਨ ਮੇਲ ਜੀ ਨੂੰ ਕਹਿੰਦੇ ਆ ਫੁੱਲ ਆਦਿ ਬੰਧਨ ਵਾਰ ਆਦਿ, ਇਹ ਦਰ ਦੇ ਉੱਤੇ ਬੰਨੀ ਗਈ ਕਿਉਂਕਿ ਦਸਮ ਪਾਤਸ਼ਾਹ ਦੇ ਵੇਲੇ ਬਹੁਤ ਹੀ ਕਰੜੀ ਮਰਿਆਦਾ ਮਰਿਆਦਾ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਨੀਂਹ ਰੱਖੀ। ਮਹਿਲ ਉਸਰਦੇ ਉਸਰਦਿਆਂ ਨੂੰ ਸਮਾਂ ਲੱਗਿਆ, ਜਦੋਂ ਪੰਜ ਕਕਾਰਾਂ ਦੀ ਰਹਿਤ ਆ ਗਈ ਭਾਈ, ਫਿਰ ਇਹਦੇ ਚ ਬਹੁਤ ਸੰਪੂਰਨਤਾ ਰੂਪ ਪ੍ਰਪਕਤਾ ਆ ਗਈ। ਪਹਿਲਾਂ ਕੁਛ ਕਥਾ ਵਿੱਚ ਇਹੋ ਜਿਹੀਆਂ ਗੱਲਾਂ ਵੀ ਆਉਣਗੀਆਂ, ਉਹਦੇ ਚ ਘਬਰਾਉਣਾ ਨੀ ਹੁੰਦਾ ਗੁਰਸਿੱਖ ਮਾਈ ਭਾਈ ਨੇ। ਤੇ ਅੰਮ੍ਰਿਤਧਾਰੀ ਵਾਸਤੇ ਫਿਰ ਭਾਈ ਜਿਹੜੀਆਂ ਗੱਲਾਂ ਵਿਵਰਤਿਤ ਹੋ ਗਈਆਂ ਉਹ ਫਿਰ ਉਹਨਾਂ ਨੂੰ ਉਸੇ ਤਰ੍ਹਾਂ ਸਮਝਣਾ ਚਾਹੀਦਾ। ਜੇਠਾ ਸੁਤ ਜਨਮਿਓ ਬਿਟ ਭਾਗੀ, ਜੇਠਾ ਪੁੱਤਰ ਜਮਿਆ ਵੱਡਿਆ ਭਾਗਾ ਵਾਲਾ ਗੁਰੂ ਸਾਹਿਬ ਜੀ ਦੇ ਘਰ, ਗਾਵਤ ਮਿਲੀ ਤਰਿਆ ਅਨਰਾਗੀ, ਤੇ ਬਹੁਤ ਪ੍ਰੇਮ ਦੇ ਵਿੱਚ ਬੀਬੀਆਂ ਨੇ ਇਕੱਠੀਆਂ ਹੋ ਕੇ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ। ਸਾਸ ਗੁਰਬਾਣੀ ਸੱਚੀ ਆਨੰਦ ਗਾਵ ਹੈ, ਸਾਜੇ ਸਾਹਿਬ ਕੇ ਮਨ ਭਾਵੈ, ਉਹ ਗਾਇਆ ਜੋ ਸੱਚੇ ਸਾਹਿਬ ਦੇ ਮਨ ਨੂੰ ਭਾਉਂਦਾ ਹੈ। ਹੋਰ ਕੋਈ ਗੰਦੇ ਆਦਿ ਗੀਤ ਨਹੀਂ ਗਾਏ ਜਾਂਦੇ ਸੀ, ਉਹ ਵਿਵਰਜਿਤ ਮਹਾਰਾਜ ਸਾਹਿਬ ਜੀ ਦੇ ਘਰ ਵਿੱਚ ਗੁਰਬਾਣੀ ਗਾਇਨ ਕੀਤੀ ਗਈ। ਆਨ ਆਨ ਗਨ ਦੇਤ ਵਧਾਈ, ਬਹੁਤ ਸਾਰੇ ਲੋਕ ਆ ਕੇ ਵਧਾਈਆਂ ਦਿੰਦੇ ਨੇ। ਸੁਣ ਸੁਣ ਮੋਤ ਗੰਗ ਉਰ ਪਾਈ, ਮਾਤਾ ਗੰਗਾ ਜੀ ਬਹੁਤ ਪ੍ਰਸੰਨ ਹੋ ਰਹੇ ਨੇ ਜਿਹਨਾਂ ਨੂੰ ਪੋਤਰਾ ਪ੍ਰਾਪਤ ਹੋਇਆ। ਜੋ ਕੁਲ ਰੀਤ ਹੁੰਦੀ ਸਭ ਕੀਨੀ, ਜਿਹੜੀ ਕੁਲ ਦੀ ਰੀਤ ਸੀ ਭਾਈ ਸਾਰੀ ਹੋਈ ਹੈ। ਜਥਾ ਯੋਗ ਪਥ ਪ੍ਰਿਆ ਨਦੀਨੀ, ਜਥਾ ਯੋਗ ਉਹ ਜਿਹੜੀਆਂ ਬੀਬੀਆਂ ਸ਼ਬਦ ਗਾਇਨ ਕਰਨ ਵਾਲੀਆਂ ਉਹਨਾਂ ਨੂੰ ਵਿਸ਼ਵਾਸ ਹੀ ਦੇਣਾ ਕੀਤਾ। ਸਵਾਈ ਦਾਸ ਪ੍ਰਤਕ ਤਨ ਵੰਟਾ, ਤੇ ਪ੍ਰਤਕ ਵੱਖਰਾ ਵੱਖਰਾ, ਪਰ ਸਾਈ ਦਾਸ ਨੇ ਆਪਣੇ ਵੱਖਰੇ ਤੌਰ ਤੇ ਵੀ ਮੇਰਾ ਵੀ ਪ੍ਰਤ ਬਣਦਾ, ਉਹਨੇ ਆਪਣਾ ਵੱਖਰਾ ਧਨ ਵੰਡਿਆ। ਸਾਸ ਜੀ ਇੱਥੇ ਇੱਕ ਤਨਕ ਵਿਚਾਰ ਹੈ, ਸਵਾਲ ਕਿਹੜਾ ਹੁੰਦਾ ਹੈ, ਆਪਣੇ ਆਪਣੇ ਤਰੀਕੇ ਨਾਲ ਉਹਦਾ ਯੋਗ ਸਾਸ ਜੀ ਉੱਤਰ ਦਿੰਦੇ ਆ ਲੋਕ। ਅੱਜ ਦੇ ਜਿਹੜੇ ਬਹੁਤ ਸਾਰੇ ਲੋਕ ਨੇ ਗੁਰਮਤ ਦੇ ਨਾਲ ਨਹੀਂ ਜੁੜੇ ਵੇ, ਪਰਮਾਰਥ ਨਾਲ ਨਹੀਂ ਜੁੜੇ, ਤੇ ਉਹ ਕਿਸੇ ਹੋਰ ਤਰੀਕੇ ਨਾਲ ਉਤਰ ਦਿੰਦੇ। ਕਿਸੇ ਨੇ ਪੁੱਛਿਆ ਕਿਸੇ ਨੂੰ, ਕਹਿੰਦੇ ਵੀ ਐਂ ਦੱਸੋ ਵੀ ਜਿਹੜੀ ਔਲਾਦ ਦੀ ਔਲਾਦ ਹੈ ਇਹ ਜ਼ਿਆਦਾ ਪਿਆਰ ਕਿਉਂ ਪਿਆਰੀ ਕਿਉਂ ਹੁੰਦੀ ਹੈ, ਇਹ ਪੁੱਤਰ ਨਾਲੋਂ ਪੋਤਰਾ ਕਿਉਂ ਪਿਆਰਾ ਹੁੰਦਾ। ਤੇ ਹੁਣ ਆਪਣਾ ਆਪਣਾ ਸੁਭਾਅ ਦੇ ਅਨੁਸਾਰ ਉੱਤਰ ਹੈ। ਇੱਕ ਬੰਦੇ ਨੇ ਉੱਤਰ ਦਿੱਤਾ, ਕਹਿੰਦਾ ਵੀ ਇਸ ਕਰਕੇ ਪਿਆਰਾ ਹੁੰਦਾ ਹੈ ਵੀ ਅੱਜ ਕੱਲ੍ਹ ਦੀ ਔਲਾਦ ਹੈ ਜਿਹੜੀ ਮਾਂ ਬਾਪਾਂ ਦਾ ਨਿਰਾਦਰ ਕਰਦੀ ਹੈ, ਉਹ ਅੱਗੇ ਪਏ ਹੁੰਦੇ ਨਿਰਾਦਰ ਕਰਾ ਕਰਾ ਕੇ, ਉਹ ਉਡੀਕ ਕਰਦੇ ਆ ਜਦੋਂ ਪੋਤਰਾ ਹੋ ਜਾਂਦਾ ਨਾ, ਉਹ ਜਵਾਨ ਤੋਂ ਦਰੇ ਅਸੀਂ ਕਹਿੰਦੇ ਉਹ ਜ਼ਿਆਦਾ ਪਿਆਰ ਇਸ ਕਰਕੇ ਕਰਦੇ ਵੀ ਸਾਡੇ ਵਾਲੇ ਬਦਲੇ ਹੁਣ ਇਹ ਲੈਣ ਵਾਲਾ ਜੰਮ ਪਿਆ, ਤੁਹਾਡਾ ਭਲਾ ਹੋ ਜਾ, ਕਿੱਧਰ ਨੂੰ ਚਲਿਆ ਗਿਆ ਗਿਆ ਨੇ, ਇਹ ਕਿੱਧਰ ਕਿਸ ਥਾਂ ਨੂੰ ਅਰਥ ਕਿੱਧਰ ਲਾ ਲਿਆ ਤੁਸੀਂ। ਅਸਲ ਬਾਤ ਇਹ ਹੈ ਤੇ ਪੋਤਰੇ ਦੇ ਨਾਲ ਕਿਉਂ ਪਿਆਰ ਹੈ, ਪੋਤਰੇ ਦੇ ਵਿੱਚ ਆਪਣੇ ਪੁੱਤਰ ਦਾ ਸਰੂਪ ਵੇਖਦਾ ਹੈ, ਮੇਰਾ ਪੁੱਤਰ ਇੰਨਾ ਕਮਾਉਂਦਾ ਸੀ, ਤੇ ਉਹਦਾ ਸਾਕਸ਼ਾਤ ਸਰੂਪ ਵੇਖਦਾ ਹੈ ਅਸਲ ਦੇ ਵਿੱਚ ਘੁੰਮ ਕੇ ਤਾਂ ਉਹ ਆਪਣੇ ਪੁੱਤਰ ਨੂੰ ਹੀ ਪਿਆਰ ਕਰ ਰਿਹਾ, ਪਰ ਪੋਤਰੇ ਦੇ ਵਿੱਚ ਆਪਣੇ ਪੁੱਤਰ ਦੀ ਸ਼ਕਲ ਵੇਖਦੇ। ਦੋਤਰੇ ਦੇ ਵਿੱਚ ਇਸ ਕਰਕੇ ਸਨੇਹ ਜ਼ਿਆਦਾ ਹੁੰਦਾ ਹੈ, ਦੋਤਰੇ ਦੀ ਧੀ ਦਿਸਦੀ ਹੁੰਦੀ ਹੈ। ਗੱਲ ਤਾਂ ਹੈ ਅਸਲ ਇਹ, ਮਾਤਾ ਗੰਗਾ ਨੂੰ ਆਪਣੇ ਪੋਤਰੇ ਚ ਆਪਣਾ ਪੁੱਤਰ ਦਿਸ ਰਿਹਾ ਹੈ ਛੋਟਾ, ਇਸ ਕਰਕੇ ਸਨੇਹ ਕਰ ਰਹੇ ਹਨ। ਰਾਮ ਜੋਤ ਬਟ ਮੰਗਲ ਖਾਟਾ, ਇਹ ਭਾਈ ਸਾਈ ਦਾਸ ਦੇ ਘਰੋਂ ਮਾਤਾ ਰਾਮੋ ਉਹਦੇ ਨਾਲ ਮਿਲ ਕੇ ਉਹਨਾਂ ਨੇ ਵੀ ਬਹੁਤ ਖੁਸ਼ੀ ਮਨਾਈ ਹੈ। ਗੰਗਮਾਤ ਕੋ ਦਿਨ ਵਧਾਈ, ਮਾਤਾ ਗੰਗਾ ਜੀ ਨੂੰ ਵਧਾਈਆਂ ਇੰਨੀਆਂ ਮਿਲੀਆਂ ਵੀ ਜਿਹੜਾ ਮਾਤਾ ਜੀ ਇੰਨੀ ਆਨੰਦਿਤ ਹੋਏ ਨੇ, ਖੁਸ਼ੀਆਂ ਦੇ ਵਿੱਚ ਸਮਾ ਨਹੀਂ ਰਹੇ। ਗੁਰਟਿਕ ਕਹਿਤ ਸੁਣਤ ਹਰਖਾਈ, ਗੁਰੂ ਸਾਹਿਬ ਜੀ ਦੇ ਕੋਲ ਕਹਿ ਕੇ ਬਹੁਤ ਹੀ ਖੁਸ਼ੀ ਪ੍ਰਾਪਤ ਹੋ ਰਹੇ ਨੇ ਪ੍ਰਸੰਨਤਾ ਨੂੰ। ਇਤਿਹਾਸਕ ਬਟ ਉਤਸਵ ਕਿੰਨਾ, ਇਤਿਹਾਸ ਇਹਦਾ ਮਤਲਬ ਇਹੋ ਜਿਹੀਆਂ ਹੋਰ ਵੀ ਉਤਸਵ ਦੀਆਂ ਗੱਲਾਂ ਹੋਈਆਂ ਜਿਹੜੀਆਂ ਲਿਖੀਆਂ ਨੇ, ਇਹੋ ਜਿਹਾ ਉਤਸਵ ਹੋਇਆ। ਰੰਗਨ ਕੋ ਤਨ ਅਨਗਨ ਦੀਨਾ, ਗਰੀਬਾਂ ਨੂੰ ਇੰਨਾ ਧਨ ਦਿੱਤਾ ਗਿਆ ਜਿਹੜਾ ਉਮਰਾਂ ਦੀਆਂ ਰੋਟੀਆਂ ਲੈ ਗਏ। ਸੁਣ ਸੁਣ ਅਪਰ ਗ੍ਰਾਮ ਕੀ ਆਵੇ, ਸੁਣ ਸੁਣ ਕੇ ਹੋਰ ਪਿੰਡਾਂ ਦੇ ਮੰਗਤੇ ਵੀ ਚੱਲ ਪਏ, ਉਹ ਵੀ ਆ ਕੇ ਧਨ ਪ੍ਰਾਪਤ ਕਰਦੇ ਰਹੇ। ਹਿਰਦੇ ਆਨੰਦਿਤ ਵਾਕ ਸੁਣਾਵੇ, ਤੇ ਹਿਰਦੇ ਆਨੰਦਿਤ ਵਾਕ ਸੁਣਾਵੇ, ਕਹਿੰਦੇ ਵੀ ਆਨੰਦ ਹੋ ਗਏ ਗੁਰੂ ਸਾਹਿਬ ਨੂੰ ਵਧਾਈ ਦੇ ਕੇ, ਵਧਾਈਆਂ ਬੜਿਆਂ ਜਜਮਾਨਾਂ ਨੂੰ ਦਿੱਤੀਆਂ ਪਰ ਕਿਸੇ ਜਜਮਾਨ ਨੇ ਉਮਰਾਂ ਦੀਆਂ ਰੋਟੀਆਂ ਨਹੀਂ ਦਿੱਤੀਆਂ।
गुरु साहब का धन्यवाद करते हैं। रामदास गुरु को वंश गुरु रामदास महाराज दी वंश वधी है सोल वंश वंश अगे चली है सगरे सोडन को अवतंश सारिया सोटिया दे सिरताज हन भाई है गुरु अर्जन को उदय सपूत गुरु अर्जन देव जी दे घर सपुत्र पैदा हुए गुरु हरगोबिंद साहब जी ਉਹਨਾਂ ਦੇ ਅੱਗੇ ਹੁਣ ਇਹ ਪੋਤਰੇ ਪੈਦਾ ਹੋਏ ਨਾ ਜਿਸ ਤੇ ਕੁੱਲ ਸੁਖ ਪਾਵੀ ਇੱਕ ਹੈ ਭਲੋ ਸਪੂਤ ਦੇਹ ਸੋਗ ਸੰਤਾਪ ਜੋ ਬਹੁਤੇ ਬੁਰੇ ਕਪੂਤ ਸਿੰਘਨ ਕਾ ਸੁਤ ਇੱਕ ਹੈ ਕਹਿੰਦੇ ਸ਼ੇਰੀ ਦਾ ਇੱਕੋ ਬੱਚਾ ਚੰਗਾ ਸਿੰਘਨ ਕਾ ਸੁਤ ਇੱਕ ਹੈ ਸੁਖ ਸੋਤ ਕੋ ਨੀਠ ਗਲੀ ਕੇ ਸੁਤ ਬਹੁਤ ਹੈ ਖੋਤੀ ਦੇ ਅਨੇਕਾਂ ਪੁੱਤਰ ਆਉਂਦੇ ਨੇ ਕਰਦੇ ਕਿਨ ਭਾਰ ਉਠਾਵਤ ਪੀਠ ਪਿੱਠ ਦੇ ਭਾਰ ਹੀ ਢੋਂਦੇ ਹੈ ਸ਼ੇਰ ਜੰਗਲ ਦਾ ਰਾਜਾ ਹੈ ਇਸ ਕਰਕੇ ਸਾਧ ਸੰਗੀਤ ਪੁੱਤਰ ਸਪੁੱਤਰ ਕਪੁੱਤਰ ਤਿੰਨ ਰਲਦੇ ਨੇ ਜਿਹੜਾ ਕਪੁੱਤਰ ਹੈ ਕਪੁੱਤਰ ਦਾ ਅਰਥ ਹੈ ਖੋਟਾ ਪੁੱਤਰ ਕਪੁੱਤਰ ਉਹ ਹੁੰਦਾ ਹੈ ਪੁੱਤਰ ਦਾ ਹੈਗਾ ਸਮਾਨ ਨਾ ਤਾਂ ਆਪਣੇ ਮਾਤਾ ਪਿਤਾ ਦੀ ਇੱਜ਼ਤ ਨੂੰ ਆਂਚ ਲੱਗਣ ਦੇਵੇ ਨਾ ਆਪਣੇ ਮਾਤਾ ਦੇ ਪਿਤਾ ਦੀ ਇੱਜ਼ਤ ਵਿੱਚ ਵਾਧਾ ਕਰੇ ਨਾ ਘਟਣ ਦੇਵੇ ਸਮਾਨ ਰੂਪ ਚ ਰਹੇ ਉਹ ਤਾਂ ਪੁੱਤਰ ਔਰ ਜਿਹੜਾ ਆਪਣੇ ਮਾਤਾ ਪਿਤਾ ਦੀ ਬਦਨਾਮੀ ਕਰਾ ਦੇਵੇ ਕੁੱਲ ਨੂੰ ਕਲੰਕ ਲਾ ਦੇਵੇ ਉਹਨੂੰ ਕਹਿੰਦੇ ਇੱਕ ਪੁੱਤਰ ਖੋਟਾ ਪੁੱਤਰ ਜਿਹੜਾ ਆਪਣੇ ਮਾਤਾ ਪਿਤਾ ਦੀ ਆਪਣੀ ਕੁੱਲ ਦੀ ਇੱਜ਼ਤ ਵਿੱਚ ਵਾਧਾ ਕਰ ਦੇਵੇ ਉਹਨੂੰ ਕਹਿੰਦੇ ਸਪੁੱਤਰ ਵੈਸੇ ਪੂ ਨਾਮ ਨਰਕ ਦਾ ਹੁੰਦਾ ਹੈ ਇਹ ਪੂ ਨਾਮ ਨਰਕ ਆ ਤਰਾਈ ਤੇ ਪੁੱਤਰਾ ਸੰਸਕ੍ਰਿਤ ਦੇ ਵਿੱਚ ਐਸਾ ਅਰਥ ਵੀ ਕੀਤਾ ਹੈ ਕਿ ਜਿਹੜਾ ਨਰਕਾ ਤੋਂ ਤਰਾ ਨਰਕ ਤੋਂ ਭਾਵ ਕੀ ਹੈ ਦੁੱਖ ਕਿ ਪੁੱਤਰ ਉਹ ਹੁੰਦਾ ਹੈ ਜਿਹੜਾ ਆਪਣੇ ਮਾਤਾ ਪਿਤਾ ਦੇ ਦੁੱਖ ਨੂੰ ਨਿਵਰਤ ਕਰ ਦੇਵੇ ਜਿਵੇਂ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਲੈਣ ਤੋਂ ਪਹਿਲਾਂ ਮਾਤਾ ਪਿਤਾ ਦੇ ਗਲ ਚ ਸੰਗਲ ਪਾਏ ਹੋਏ ਸੀ ਜਨਮ ਹੋਇਆ ਪੁੱਤਰ ਦਾ ਤੇ ਮਾਤਾ ਪਿਤਾ ਦੇ ਸੰਗਲ ਵੀ ਖਤਮ ਹੋ ਗਏ ਸੋ ਇਸ ਕਰਕੇ ਪੁੱਤਰ ਕਪੁੱਤਰ ਤੇ ਸਪੁੱਤਰ ਅੱਜ ਸੰਸਾਰ ਦੇ ਵਿੱਚ ਕਪੁੱਤਰ ਜ਼ਿਆਦਾ ਪੈਦਾ ਹੁੰਦੇ ਹੈ ਤੇ ਸਪੁੱਤਰ ਦਾ ਕਿਤੇ ਕਿਤੇ ਸਾਸ ਜੀ ਕਿਤੇ ਲੱਖਾਂ ਦੇ ਵਿੱਚੋਂ ਕਿਹਾ ਕੇ ਜਾਂਦਾ ਤੇ ਫਿਰ ਵੀ ਸ਼ੁਕਰ ਕਰੋ ਵੀ ਜੇ ਪੁੱਤਰੀ ਸਾਧ ਸੰਜੀ ਜੰਮਣ ਜਿਹੜਾ ਨਾ ਇੱਜ਼ਤ ਵਧਾਉਣ ਨਾ ਘਟਾਉਣ ਪਰ ਕਪੁੱਤਰ ਜਿਹੜੇ ਇਨਸਾਨ ਸੀ ਤਾਂ ਕਟਿਆਲੀਆਂ ਝਾੜੀਆਂ ਇਸ ਕਰਕੇ ਹਰ ਨਾਮ ਭਜੇ ਜਗ ਭੀਤਰ ਜੋ ਜਨਨੀ ਸੁਤ ਜਾਵਿਤ ਕੋ ਉਪਜਾਏ ਅਥਵਾ ਜਨਨੀ ਸੁਤ ਸੋਏ ਜਨੇ ਰਣ ਭੀਤਰ ਜੋ ਅਰ ਕੇ ਦਰ ਖਾਏ ਸਿਰ ਲਓ ਤਨ ਦਾਨ ਕਰੇ ਜਗ ਮੇ ਜਨਨੀ ਸੁਤ ਜਾਵਿਤ ਕੋ ਲਿਪਜਾਏ ਇਨ ਤੀਨ ਬਿਨਾ ਕਿਰਮ ਕੇ ਸੁਤ ਕੇ ਹਿਤ ਜੋਵਨ ਨਏ ਅਕਾਲਿ ਗਵਾਏ ਸੋ ਇਸ ਕਰਕੇ ਸਾਧ ਸਿੰਘ ਜੀ ਇਹੋ ਮਹਾਰਾਜ ਸਾਹਿਬ ਜੀ ਸਪੁੱਤਰ ਲਿਖਿਆ ਇੱਥੇ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਾਇਆ ਦੇ ਵਿੱਚ ਰਹਿੰਦੇ ਹੋਏ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਜਿਵੇਂ ਮਹਾਰਾਜਾ ਜਨਕ ਜੀ ਮਾਇਆ ਵਿੱਚ ਉਦਾਸ ਰਹੇ ਰਾਜੇ ਵੀ ਸੀ ਔਰ ਵਿਰਕਤ ਵੀ ਸੀ ਵਿਰਕਤਾਂ ਦੇ ਸਿਰਗੁਣ ਹੋਏ ਇਹ ਇਸ ਕਰਕੇ ਸਾਧ ਸਿੰਘ ਜੀ ਸੁਖਦੇਵ ਮੁਨੀ ਵਰਗਿਆਂ ਨੂੰ ਦਿਖਾ ਦਿੱਤਾ ਤਿਆਗ ਕੀ ਹੁੰਦਾ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਮਾਇਆ ਦੇ ਵਿੱਚ ਰਹਿੰਦੇ ਹੋਏ ਉਦਾਸ ਹਨ ਜੋਧਾ ਗੁਰੂ ਜਗਤ ਕੋ ਮਾਲਕ ਜੋਧਾ ਵੀ ਹੈ ਜਗਤ ਦਾ ਮਾਲਕ ਹੈ ਸਾਰੇ ਸੰਸਾਰ ਦਾ ਐਸੇ ਗੁਰੂ ਸਾਹਿਬ ਜੀ ਹਨ ਸਭਨ ਜੀਵ ਕਾ ਤੁਮਰੇ ਤਾਲਕ ਐ ਸਤਿਗੁਰੂ ਜੀ ਸਾਰਿਆਂ ਦੀ ਜੀਵਨ ਜਿਹੜੀ ਹੈ ਡੋਰੀ ਤੁਹਾਡੇ ਹੱਥ ਵਿੱਚ ਬੜੀ ਹੋਈ ਹੈ ਐਸੇ ਹੋ ਤੁਸੀਂ ਮਾਲਕ ਹੋ ਮਾਲਕ ਧਨੀ ਦਿੱਤੇ ਸਭ ਤਾਈ ਥੋੜਾ ਜਾਂ ਬਹੁਤ ਜੋ ਕੁਛ ਵੀ ਮਿਲ ਰਿਹਾ ਹੈ ਉਹ ਤੁਹਾਡੀ ਕਿਰਪਾ ਨਾਲ ਹੀ ਮਿਲ ਰਿਹਾ ਹੈ ਰਾਵਰ ਦਾਤ ਸਰਬ ਲੇਖਾਈ ਆਪ ਜੀ ਤੋਂ ਦਾਤਾਂ ਲੈ ਕੇ ਸਾਰੇ ਖਾ ਰਹੇ ਹਨ ਇੰਦਰ ਮਨਿੰਦ ਬਲਿੰਦ ਉਗਾਰਾ ਇੰਦਰ ਵਰਗਾ ਪ੍ਰਤਾਪ ਵਿੱਚ ਤਾਂ ਪ੍ਰਮਾਣ ਦਿੱਤਾ ਇੰਦਰ ਕੀ ਹੈ ਸਾਸੀ ਕਲੰਕੀ ਹੋਇਆ ਬੈਠਾ ਸਰਾਪ ਹੋਇਆ ਗੌਤਮ ਦਾ ਤੇ ਗੁਰੂ ਸਾਹਿਬ ਕਲੰਕਨ ਬਿਨਾਂ ਨੇ ਕਲੰਕੀ ਸਰੂਪੇ ਹੈ ਇਹ ਮਹਾਰਾਜ ਸਾਹਿਬ ਦਾ ਪ੍ਰਤਾਪ ਹੈ ਦਾਨ ਕਿੰਨਾ ਦੇ ਰਹੇ ਨੇ ਜਿਹਦਾ ਪਾਰ ਵਰਾਰੀ ਕੋਈ ਨਹੀਂ ਬੇਅੰਤ ਦਾਨ ਦੇ ਰਹੇ ਹਨ ਸੰਤਨ ਕੋ ਗੁਰਬਖਸ਼ ਸੰਤ ਸਿੱਖਾਂ ਨੂੰ ਤੇ ਸੰਤਾਂ ਨੂੰ ਹੁਣ ਜਿਹੜੇ ਭਾਈ ਕਹਿੰਦੇ ਆ ਵੀ ਸੰਤ ਸ਼ਬਦ ਗੁਰੂ ਵਾਸਤੇ ਹੈ ਇਹ ਸੈਂਕੜੇ ਕੀ ਹਜ਼ਾਰਾਂ ਥਾਂ ਤੇ ਇਤਿਹਾਸ ਦੇ ਵਿੱਚ ਇਹ ਸ਼ਬਦ ਆ ਚੁੱਕਾ ਹੈ ਇੰਨਾ ਅਣਜਾਣਪਣਾ ਸਾਡੇ ਵਿੱਚ ਆ ਚੁੱਕਾ ਹੈ ਕਈ ਵਾਰੀ ਤਾਂ ਉਹਨਾਂ ਅਣਜਾਣਾਂ ਤੇ ਤਰਸ ਵੀ ਆਉਂਦਾ ਵਿਚਾਰਾਂ ਤੇ ਇਹਨਾਂ ਦੇ ਵਸ ਦੀ ਗੱਲ ਅਣਜਾਣਪਣੇ ਲੋੜਿਆਂ ਦਾ ਬਹੁਤ ਸਾਲ ਹੋ ਗਏ ਇਹ ਗੁਰੂ ਕਹਿੰਦਾ ਜੀ ਇਤਿਹਾਸ ਦੇ ਵਿੱਚ ਕਿਤੇ ਨਹੀਂ ਸੰਤ ਸ਼ਬਦ ਲਿਖੇ
बैन कोबर की गल है, प्रेमी सुनते होंगे, उन्होंने भी सुनिया उस वेले, मैं भी उत्थे सी। एक ज्ञानी सिंह ने कहता भी संत कहाउण दी बीमारी तां बीमारी शब्द वरते आ, यह बीमारी तो बाबा अतर सिंह के वेले तो शुरू हुई। यह शब्द कहता तूफान उठ खड़िया सी, और अगले दिन 24 घंटे के अंदर अंदर ज्ञानी सिंह नूं स्टेज ते बह के माफी मंगनी पई भी मैं अपने शब्द वापस लैना। सो इउं साध सिंह जी, संत शब्द जिहड़ा है, संत शब्द गुरसिखां वास्ते, ते सतगुरु महाराज साहिब सच्चे पातशाह दे कोलों गुरसिख भी संत भी भरोसा रहे हन। जन्म मरण के बंध कटंते, जम्मण ते मरण दे बंधन कटे जांदे हन। आपां नूं मनमत दी कदे गल नहीं करनी चाहीदी, जिहड़ी गल दा सबूत नहीं साडे कोल, बेपैरी गल नहीं कदे करनी चाहीदी। सो क्यों महाराज साहब जी दसदे न, सुन सुन जस श्री हर गोविंद, गुरु हरगोविंद साहब जी दा जस सुन सुन करके जी, बख्शत दरब दयाल बख्शंद, ते दयालु सतगुरु जी ते इस प्रकार सारिआं नूं दातां बख्शदे हन। सुख जन्मत उत्सव इमकीना, पुत्तर दे जम्मण दा उत्सव बहुत बड़ा कीता गुरु हरगोबिंद साहिब जी ने। जथा योग जन गन तन दीना, जथा योग जिहो जिहा अधिकार सी किसे दा ओहदे अनुसार भाई सारिआं नूं धन दित्ता। करन लगे सुत की परत पारे, हुण सुत पुत्तर दी परत पालना करनी, जो माता पिता दा धर्म है ओहनूं योग सिख्या देणी, ओहदी पालना करनी, शरीर दी रक्षा करनी, ते ओह अपने पुत्तर दीआं सारिआं ड्यूटियां माता पिता निभाउंदे आ, ते भाई गुरु साहिब ने भी ग्रिहस्थी होण दे नाते निभाईआं। सो इस प्रकार कर रहे न, पोतरा पितरे गंग मुद धारे, अपने पोतरे नूं वेख के माता गंगा जी भी बहुत प्रसन्न हो रही है। कष्टी कीन जथा कुल चाली, ते छेवें दिन सास जी कष्टी पुराणी रीत सी चली आ रही, भावें गुरु घर विच इन्हां गल्लां नूं थां नहीं सास जी, पर पुरातन रीत जिहड़ी है ओहदे अनुसार इह लिखदे विच आई आ बात। भाई सूप मह बरकत साली, ਭਾਈ ਸੂਪ ਮਹਿ ਬਰਕਤ ਸਾਲੀ, ਤੇ ਕਿਉਂ ਸਾਸ ਜੀ ਫੁੱਲੀਆਂ ਆਦਿ ਵਰਸਾਉਣ ਦੀ ਬਾਤ ਕੀਤੀ ਹੈ, ਖਿੱਲਾਂ ਆਦਿ ਵੰਡੀਆਂ, ਸਭ ਤ੍ਰਿਆਂ ਕੋ ਦੀਨ ਕਰਾਹੂ, ਸਾਰੀਆਂ ਇਸਤਰੀਆਂ ਨੂੰ ਕਿਹੜਾ ਪ੍ਰਸ਼ਾਦ ਵੰਡਿਆ, ਵੰਡਿਓ ਬਹੁਤ ਲੀਰ ਸਭ ਕਾਉ, ਸਭ ਨੇ ਲਿਆ ਭਾਈ ਪ੍ਰਸ਼ਾਦ ਸਾਂ ਦਾ ਵਰਤਦਾ, ਜਿਨ ਤਰੋਸ ਕਰ ਕੁਲ ਰੀਤ, ਤਰੋਸੀ ਆਦਿ ਦੇ ਵਿੱਚ ਸਾਰੀ ਕੁਲ ਦੀ ਰੀਤ ਕਰਕੇ, ਹੇਰ ਹੇਰ ਕਰ ਹਰਕਤ ਚੀਤ, ਸਾਰੇ ਦੇਖ ਦੇਖ ਕੇ ਪ੍ਰਸੰਨ ਹੋ ਰਹੇ, ਸਵਾ ਮਾਸ ਜੋ ਵਿਦਵਾਨ ਕਰਿਓ, ਜਦੋਂ ਸਵਾ ਮਹੀਨਾ ਹੋ ਗਿਆ ਹੈ, ਗੁਰ ਦਿੱਤਾ ਗੁਰ ਆਖੇ ਧਰਿਓ, ਮਹਾਰਾਜ ਸਾਹਿਬ ਨੂੰ ਕਿਹਾ ਸੱਚੇ ਪਾਤਸ਼ਾਹ ਹੁਣ ਬੱਚੇ ਦਾ ਨਾਂ ਰੱਖੋ, ਨਾਮਕਰਨ ਕਰੋ। ਮਹਾਰਾਜ ਕਹਿੰਦੇ ਭਾਈ ਨਾਮ ਕੀ ਰੱਖਣਾ, ਗੁਰੂ ਨੇ ਦਿੱਤਾ ਹੈ, ਇਸ ਕਰਕੇ ਫਿਰ ਨਾਂ ਹੀ ਆਪਾਂ ਰੱਖ ਲੈਂਦੇ ਹਾਂ ਵੀ ਗੁਰੂ ਦਾ ਦਿੱਤਾ ਹੋਇਆ, ਇਸ ਕਰਕੇ ਨਾਮ ਰੱਖਿਆ ਗੁਰ ਦਿੱਤਾ, ਵੀ ਗੁਰੂ ਦਾ ਦਿੱਤਾ ਹੋਇਆ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਮ ਰੱਖਿਆ, ਤੇ ਆਪਾਂ ਜਦੋਂ ਵੀ ਸਾਸ ਜੀ ਗ੍ਰਿਸਤੀ ਜੀਵਨ ਦੇ ਅੰਦਰ ਬੱਚਿਆਂ ਦੇ ਨਾਮ ਰੱਖੀਏ, ਤੇ ਥੋੜਾ ਜਿਹਾ ਧਿਆਨ ਕਰਨਾ ਚਾਹੀਦਾ ਕਥਾ ਸੁਣਨ ਵਾਲਿਆਂ ਨੂੰ ਕਿ ਗੁਰਮਤਿ ਦੇ ਅਨੁਸਾਰ ਹੀ ਨਾਮ ਹੋਣ, ਇਹੋ ਜਿਹੇ ਨਾਮ ਨਾ ਹੋਣ ਜਿਹੜੇ ਲੈਣੇ ਵੀ ਔਖੇ, ਔਰ ਉਹਨਾਂ ਨਾਮਾਂ ਨੂੰ ਸਾਸ ਜੀ ਐਵੇਂ ਤੇ ਬਾਅਦ ਦੇ ਵਿੱਚ ਹਾਸੋ ਹੀਣੀ ਬਾਤ ਵੀ ਬਣਦੀ, ਤੇ ਨਾਮ ਐਸਾ ਹੋਵੇ ਔਰ ਉਹ ਵੀ ਸੰਪੂਰਨ ਲਿਆ ਜਾਵੇ, ਅਰਧ ਨਾਮ ਸਿੰਘ ਨਹੀਂ ਲੈਣਾ, ਸਿੱਖ ਦਾ ਕਿ ਅੱਧਾ ਨਾਮ ਨਹੀਂ ਲੈਣਾ ਮਹਾਰਾਜ ਜੀ ਦੇ, ਸੰਪੂਰਨ ਨਾਮ ਲੈਣਾ ਚਾਹੀਦੇ ਹਨ। ਪਿਤਾ ਨਿਕਟ ਤਵ ਲੈਕਰ ਆਏ, ਪਿਤਾ ਦੇ ਕੋਲ ਭਾਵ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਲੈ ਕੇ ਆਏ ਬਾਬਾ ਗੁਰਦਿੱਤਾ ਜੀ ਨੂੰ, ਦਾਸੀ ਦਾਸ ਸੰਗ ਸਮਦਾਏ, ਦਾਸੀਆਂ ਦੇ ਦਾਸ ਨਾਲ ਹਨ ਜੀ, ਸ੍ਰੀ ਹਰਗੋਬਿੰਦ ਨੰਦਨ ਹੈਰਾ, ਆਪਣੇ ਸੁਪੁੱਤਰ ਨੂੰ ਵੇਖਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਕਰਿਓ ਪਿਆਰ ਸਿਰ ਪਰ ਕਰ ਫੇਰਾ, ਸਿਰ ਦੇ ਉੱਤੇ ਪਿਆਰ ਦਾ ਹੱਥ ਫੇਰਿਆ ਬੱਚੇ ਨੇ, ਸ੍ਰੀ ਗੁਰੂ ਸੁਖ ਦੀਨਸ ਅਬਰਹਮ, ਤੇ ਫੇਰ ਵੀ ਦਾਤੇ ਨੂੰ ਚੇਤੇ ਕੀਤਾ ਹੈ, ਇਹ ਮਰਿਆਦਾ ਸਿਖਾਲੀ ਸਾਨੂੰ ਵੀ ਜਦੋਂ ਦਾਤ ਮਿਲ ਜਾਏ ਨਾ, ਤੇ ਉਸ ਵੇਲੇ ਇਹ ਨਾ ਹੋਵੇ ਵੀ ਦਾਤ ਪਿਆਰੀ, ਦਾਤ ਨੂੰ ਪਿਆਰ ਕਰਨਾ, ਦਾਤਾ ਭੁੱਲ ਜਾਣਾ, ਇਹ ਮਨਮਤ ਹੈ। ਦਾਤੇ ਨੂੰ ਪਹਿਲਾਂ ਯਾਦ ਕਰਨਾ ਦਾਤ ਦੇ ਵਿੱਚ ਦੀ ਹੈ। ਉਸ ਵੇਲੇ ਮਹਾਰਾਜ ਕਹਿੰਦੇ ਗੁਰ ਦਿੱਤਾ, ਇਹ ਜਿਹੜਾ ਸ੍ਰੀ ਗੁਰੂ ਸੁਧ ਦੀਨ ਅਗਰਾਨੂ ਕਹਿੰਦੇ, ਹੇ ਗੁਰੂ ਨਾਨਕ ਸਾਹਿਬ,
ਤੈਂ ਮੈਨੂੰ ਪੁੱਤਰ ਬਖਸ਼ਿਆ ਬੜਾ ਸੁੰਦਰ ਗੁਰੂ ਨਾਨਕ ਨੂੰ ਯਾਦ ਕੀਤਾ ਗੁਰ ਦਿੱਤਾ ਜਾਤੇ ਧਰਨਾ ਨੂੰ ਇਸ ਕਰਕੇ ਗੁਰ ਦਿੱਤਾ ਨਾਮ ਧਰਿਆ ਕਿਤਕ ਲੋਕੇ ਮੁਕਰਤ ਵਿਚਾਰ ਕਿੰਨੇ ਕੁ ਲੋਕ ਇਹ ਗੱਲ ਉਚਾਰਨ ਕਰਦੇ ਨੇ ਗੁਰੂ ਨਾਨਕ ਤੋਂ ਇਹ ਅਵਤਾਰ ਅੱਗੇ ਜੀ ਗੁਰੂ ਨਾਨਕ ਦੇ ਅਵਤਾਰ ਹੋਇਆ ਮੈਂ ਇਹ ਕਹੋ ਅਨੁਚਿਤ ਮਾਨ ਇਹ ਬੜੀ ਅਯੋਗ ਬਾਤ ਹੈ ਭਾਈ ਸੰਤੋਖ ਸਿੰਘ ਬੜੀ ਅਨੁਚਿਤ ਬਾਤ ਹੈ ਜਿਹੜੀ ਮੰਨਣ ਯੋਗ ਨਹੀਂ ਹੈ ਹੋਏ ਨਾ ਗੁਣ ਅਵਗੁਣ ਪਹਿਚਾਨ ਇਹਦੇ ਚ ਗੁਣ ਕੋਈ ਵੀ ਨਹੀਂ ਔਗਣ ਵਾਲਾ ਇਸ ਗੱਲ ਦੇ ਵਿੱਚ ਉਹ ਅਨੁਮਾਨ ਕੀ ਲਾ ਲਿਆ ਦੋ ਗੱਲਾਂ ਦਾ ਅਨੁਮਾਨ ਲਾਇਆ ਅਖੇ ਜੀ ਕੱਤਕ ਸੁਦੀ ਪੂਰਨਮਾਸ਼ੀ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਸੀ ਕੱਤਕ ਸੁਦੀ ਪੂਰਨਮਾਸ਼ੀ ਨੂੰ ਬਾਬਾ ਗੁਰੂ ਦਿੱਤਾ ਜਾਏ ਇਹ ਤਾਂ ਗੁਰੂ ਨਾਨਕ ਹੀ ਆ ਗਿਆ ਇੱਕ ਤਾਂ ਇਹ ਇਸ ਇੱਥੋਂ ਇੱਕ ਸਿੰਘ ਨੇ ਕਹਿ ਦਿੱਤੀ ਇੱਕ ਸਿੱਖ ਦੀ ਕਹੀ ਗੱਲ ਪਰੰਪਰਾ ਬਣ ਕੇ ਚੱਲ ਪਈ ਦੂਸਰੀ ਬਾਤ ਇਹ ਵੀ ਗੁਰੂ ਨਾਨਕ ਨੂੰ ਬਾਬਾ ਕਿਹਾ ਗਿਆ ਤੇ ਗੁਰਦਿੱਤੇ ਨੂੰ ਬਾਬਾ ਕਿਹਾ ਗਿਆ ਇਹ ਦੋ ਗੱਲਾਂ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਚ ਗੁਰਸਿੱਖ ਮਾਈ ਭਾਈ ਅੰਮ੍ਰਿਤਧਾਰੀਆਂ ਦੇ ਵਿੱਚ ਤਾਂ ਨਹੀਂ ਇਹ ਗੱਲ ਹੈ ਲੇਕਿਨ ਉਦਾਸੀ ਭੇਜਦੇ ਕੋਈ ਸਾਧੂਆਂ ਚ ਇਹ ਪਰੰਪਰਾ ਦੀ ਗੱਲ ਜਿਹੜੀ ਗਲਤ ਰਵਾਇਤ ਸ਼ੁਰੂ ਹੋਈ ਹੈ ਉਹਦਾ ਪੁਰਯੋਗ ਸ਼ਬਦਾਂ ਚ ਖੰਡਣ ਆਏਗਾ ਕੱਲ ਦੀ ਕਥਾ ਭਾਈ ਸਾਹਿਬ ਸਾਧ ਕਰਨਗੇ ਵੀ ਇਹ ਮਨਵੰਤ ਦੀ ਬਾਤ ਹੈ ਤੇ ਗੁਰੂ ਕਾ ਸਾਹਿਬਜ਼ਾਦਾ ਕਹੋ ਜਿਹੜਾ ਬਾਬਾ ਜਿਵੇਂ ਕਹਿਣ ਲੱਗੇ ਹੈ ਤੇ ਉਹ ਵੀ ਪ੍ਰਸੰਗ ਭਾਈ ਸਾਹਿਬ ਜੀ ਦੇਣਗੇ ਹੁਣ ਸਾਧ ਸਿੰਘ ਜੀ ਸਮਾਂ ਹੋ ਗਿਆ ਸਮਾਪਤੀ ਦਾ ਸਾਧ ਸਿੰਘ ਜੀ ਅੱਜ ਉਸ ਪਰਮੇਸ਼ਰ ਵਾਹਿਗੁਰੂ ਦੀ ਅਪਾਰ ਕਿਰਪਾ ਦਾ ਸਦਕਾ ਜੋ ਹਫ਼ਤਾਵਾਰੀ ਪ੍ਰੋਗਰਾਮ ਸਿਮਰਨ ਦਾ ਨਾ ਉਹਦੇ ਵਾਸਤੇ ਬੇਅੰਤ ਸੰਗਤਾਂ ਉਤਸ਼ਾਹ ਦੇ ਨਾਲ ਜੁੜੀਆਂ ਨੇ ਸਿਮਰਨ ਤੇ ਲਾ ਕੇ ਜਿਹਨ ਆਪ ਦਇਆਲਾ ਜਿਹਦੇ ਉੱਤੇ ਵਾਹਿਗੁਰੂ ਕਿਰਪਾ ਹੋਇਆ ਉਹ ਸਿਮਰਨ ਦੇ ਵਿੱਚ ਲੱਗ ਗਏ ਸਿਮਰਨ ਕਰਾਉਣ ਵਾਲਿਆਂ ਤੇ ਵੀ ਵਾਹਿਗੁਰੂ ਦੀ ਕਿਰਪਾ ਭਾਈ ਕਰਨ ਵਾਲਿਆਂ ਤੇ ਵੀ ਕਿਰਪਾ ਵੱਧ ਤੋਂ ਵੱਧ ਲਾਭ ਲਿਆ ਕਰੋ ਇਹਾਂ ਖੜ ਚਲੋ ਹਰ ਲਾ ਅੱਗੇ ਬਸ ਚੇਲਾ ਆਓ ਇੱਥੇ ਸਮਾਪਤੀ ਹੈ ਕਥਾ ਦੀ ਸਮਾਪਤੀ ਦੇ ਮੰਗਲ ਤੋਂ ਬਾਅਦ ਅਗਲਾ ਪ੍ਰੋਗਰਾਮ ਸਾਧ ਸ੍ਰੀ ਸਟੇਜ ਸਕੱਤਰ ਸਾਹਿਬ ਗੁਰੂ ਪਿਆਰੇ ਆਪ ਜੀ ਦੱਸਣ ਦੀ ਬੋਲਣ ਚਾਹੀਦਾ ਨੈਨ ਕਹੋ ਅਨੁਚਿਤ ਮਹਾਨ ਹੋਏ ਨਾ ਗੁਣ ਅਵਗੁਣ ਪਹਿਚਾਨ ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਣ ਨਾਥ ਅਨਾਥ ਸਭੇ ਦੀਨ ਦਰਬਾਰ ਹੇ ਸਮਰੱਥ ਅਗਮ ਪੂਰਨ ਹੋਏ ਮਾਇਆ ਤਾਰ ਅਨਕੂਪ ਮਹਾਬਿਆਨ ਨਾਨਕ ਪਾਰ ਉਤਾਰ ਆਈ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਲ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ